ਹਾਂ ਜੀ, ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਆਨਲਾਈਨ ਪਲੇਟਫਾਰਮ ਪੰਜਾਬ ਕਲਾਸਿਸ ਜਲਾਲਾਬਾਦ ਦੇ ਉੱਪਰ। ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਆਪਣੀ ਪੜ੍ਹਾਈ ਨੂੰ ਬਿਹਤਰ ਢੰਗ ਨਾਲ ਕਰ ਰਹੇ ਹੋਵੋਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ, ਆਪਾਂ ਇਸ ਤੋਂ ਪਹਿਲਾਂ ਇੱਕ ਕਲਾਸ ਕੈਲੰਡਰ ਦੀ ਕਰ ਚੁੱਕੇ ਹਾਂ, ਅੱਜ ਆਪਾਂ ਕੈਲੰਡਰ ਦੀ ਸੈਕਿੰਡ ਕਲਾਸ ਕਰਨ ਜਾ ਰਹੇ ਹਾਂ। ਸੈਕਿੰਡ ਕਲਾਸ ਕਰਨ ਤੋਂ ਪਹਿਲਾਂ ਤੁਹਾਡੇ ਲਈ ਕੁਝ ਮਹੱਤਵਪੂਰਨ ਜਾਣਕਾਰੀਆਂ ਨੇ। ਜਿਸ ਤਰੀਕੇ ਤੁਸੀਂ ਪਿੱਛੇ ਥੰਬਨੇਲ ਦੇ ਉੱਪਰ ਦੇਖ ਹੀ ਰਹੇ ਹੋ, ਆਹ ਸਾਡੀ ਪੂਰੀ ਪੰਜਾਬ ਕਲਾਸਿਸ ਜਲਾਲਾਬਾਦ ਦੀ ਟੀਮ ਹੈ, ਜਿਹੜੀ ਕਿ ਤੁਹਾਨੂੰ ਪੰਜਾਬ ਦੇ ਆਉਣ ਵਾਲੇ ਜਿੰਨੇ ਵੀ ਪੇਪਰ ਨੇ ਉਹਨਾਂ ਪੇਪਰਾਂ ਦੀ ਤਿਆਰੀ ਕਰਾਊਗੀ। ਜੇਕਰ ਆਪਾਂ ਉਹਨਾਂ ਪੇਪਰਾਂ ਨੂੰ ਵਿਸਤਾਰ ਤਰੀਕੇ ਦੇਖਦੇ ਹਾਂ ਤਾਂ ਚਾਹੇ PSS ਵੀ ਜਿੰਨੇ ਵੀ ਇਗਜ਼ਾਮ ਲੈਂਦਾ ਹੈ, ਇਸ ਤੋਂ ਬਾਅਦ ਪੰਜਾਬ ਪੁਲਿਸ, ਠੀਕ ਹੈ ਜੀ, ਜਾਂ PSPCL ਦੀਆਂ ਜਿਹੜੀਆਂ 2500 ਪੋਸਟਾਂ ਆਈਆਂ ਹੋਈਆਂ ਉਸਦੇ ਵਿੱਚ ਵੀ 10 ਨੰਬਰ ਦਾ ਮੈਥ, 10 ਦੀ ਰੀਜਨਿੰਗ ਤੇ 10 ਦੀ ਪੰਜਾਬ GK ਹੈਗੀ ਆ, ਠੀਕ ਹੈ ਜੀ। ਤੇ ਇਹ ਜਿਹੜਾ ਬੈਚ ਰਹੂਗਾ ਇਹ ਆਨਲਾਈਨ ਪਲੱਸ ਆਫਲਾਈਨ ਦੋਨੋਂ ਪੈਟਰਨਸ ਦੇ ਵਿੱਚ ਰਹੂਗਾ। ਤੇ ਜੇਕਰ ਆਪਾਂ ਆਫਲਾਈਨ ਦੀ ਗੱਲ ਕਰੀਏ, ਆਫਲਾਈਨ ਬੈਚ ਸਾਡਾ 1 ਮਾਰਚ ਤੋਂ ਸਟਾਰਟ ਹੋਣ ਜਾ ਰਿਹਾ ਹੈ। ਤੇ ਜੇਕਰ ਅਸੀਂ ਆਪਣੀ ਅਕੈਡਮੀ ਦਾ ਐਡਰੈਸ ਦੱਸੀਏ ਤਾਂ ਜਿਹੜਾ ਨਵਾਂ ਬੱਸ ਸਟੈਂਡ ਹੈ ਜਲਾਲਾਬਾਦ ਦਾ, ਉਹਦੇ ਬਿਲਕੁਲ ਓਪੋਜ਼ਿਟ ਸਾਡੀ ਅਕੈਡਮੀ ਆ। ਤੇ ਜੇਕਰ ਤੁਸੀਂ ਅਕੈਡਮੀ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਕੈਡਮੀ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਇਹ ਆ ਸਾਡਾ ਮੋਬਾਈਲ ਨੰਬਰ, ਠੀਕ ਹੈ ਜੀ। ਜੇਕਰ ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣੀ ਹੋਏ ਤਾਂ ਇਸ ਮੋਬਾਈਲ ਤੇ ਕੰਟੈਕਟ ਕਰਕੇ ਇਨਫੋਰਮੇਸ਼ਨ ਲੈ ਸਕਦਾ ਹੈ। ਅੱਗੇ ਚੱਲੀਏ, ਇਹ ਆ ਸਾਡਾ ਵਟਸਐਪ ਨੰਬਰ, ਠੀਕ ਹੈ ਜੀ। ਅਸੀਂ ਆਪਣੇ ਵਟਸਐਪ ਤੇ ਵੀ ਪੂਰੀ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾ ਦੇਵਾਂਗੇ, ਚਾਹੇ ਤੁਸੀਂ ਵਟਸਐਪ ਮੈਸੇਜ ਕਰੋ ਜਾਂ ਮੋਬਾਈਲ ਤੇ ਕਾਲ ਵੀ ਕਰ ਸਕਦੇ ਹੋ, ਠੀਕ ਹੈ ਜੀ। ਇਹ ਆ ਸਾਡਾ ਟੈਲੀਗ੍ਰਾਮ ਚੈਨਲ, ਜਿਨ੍ਹਾਂ ਸਟੂਡੈਂਟ ਦੇ ਮੋਬਾਈਲ ਦੇ ਵਿੱਚ ਟੈਲੀਗ੍ਰਾਮ ਪੰਜਾਬ ਕਲਾਸਿਸ ਦਾ ਨਹੀਂ ਡਾਊਨਲੋਡ ਕੀਤਾ ਹੋਇਆ, ਉਹ ਪਲੇ ਸਟੋਰ ਤੇ ਜਾ ਕੇ ਤੇ ਤੁਹਾਨੂੰ ਇਸ ਤਰੀਕੇ ਪੰਜਾਬ ਕਲਾਸਿਸ ਜਲਾਲਾਬਾਦ ਦਾ ਲੋਗੋ ਦਿਸੂਗਾ, ਠੀਕ ਹੈ ਜੀ। ਇਸ ਤਰੀਕੇ ਦਾ ਪੰਜਾਬ ਕਲਾਸਿਸ ਦਾ ਮੈਪ ਲੱਗਿਆ ਹੋਊਗਾ ਪੰਜਾਬ, ਤੇ ਤੁਸੀਂ ਕੀ ਪਲੇ ਸਟੋਰ ਤੇ ਭਰਨਾ ਹੈ ਪੰਜਾਬ ਕਲਾਸਿਸ ਜਲਾਲਾਬਾਦ। ਅੱਗੇ ਚੱਲਦੇ ਹਾਂ, ਇਹ ਆ ਸਾਡਾ ਐਪ ਪੰਜਾਬ ਕਲਾਸਿਸ ਦਾ, ਇੱਥੇ ਵੀ ਤੁਹਾਨੂੰ ਇਸੇ ਤਰੀਕੇ ਦਾ ਲੋਗੋ ਮਿਲੂਗਾ ਜਿਸ ਦੇ ਵਿੱਚ ਤੁਹਾਨੂੰ ਅਲੱਗ ਅਲੱਗ ਬੈਚਾਂ ਦੀ ਜਾਣਕਾਰੀ ਮਿਲ ਜੂਗੀ। ਇੱਕ ਅਸੀਂ DSSB ਦੇ ਵਿੱਚ TGT ਦੀਆਂ ਪੰਜਾਬੀ ਦੀਆਂ ਪੋਸਟਾਂ ਅਨਾਊਂਸ ਹੋ ਚੁੱਕੀਆਂ ਨੇ, ਤੁਹਾਨੂੰ ਪਤਾ ਹੀ ਹੈ। ਤੇ ਸਾਡੇ ਅਨੀਸ਼ ਕੁਮਾਰ ਸਰ ਉਸਦੀ ਡੇਲੀ ਕਲਾਸਿਸ ਵੀ ਲੈ ਰਹੇ ਆ YouTube ਤੇ ਵੀ, ਤੇ ਸਾਡੀਆਂ ਨਾਲ ਦੀ ਨਾਲ ਕਲਾਸਿਸ ਪੇਡ ਦੇ ਵਿੱਚ ਵੀ ਚੱਲ ਰਹੀਆਂ, ਠੀਕ ਹੈ। ਜਿਹੜੇ ਬੱਚਿਆਂ ਨੇ ਪੇਡ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਆ, ਠੀਕ ਹੈ ਜੀ, ਉਹ ਕੀ ਹੈ ਪਿਛਲੇ ਨੰਬਰਾਂ ਤੇ ਕੰਟੈਕਟ ਕਰਕੇ ਜਿਹੜੀਆਂ TGT ਪੰਜਾਬੀ ਦੀਆਂ ਪੋਸਟਾਂ ਆਈਆਂ ਹੋਈਆਂ ਉਸ ਦੇ ਵਿੱਚ ਬੈਚ ਦੇ ਵਿੱਚ ਇਨਰੋਲ ਹੋ ਸਕਦੇ ਜੀ, ਠੀਕ ਹੈ ਜੀ। ਅੱਗੇ ਚੱਲਦੇ ਆਪਾਂ ਨੈਕਸਟ, ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਕੈਲੰਡਰ ਦਾ ਲਾਸਟ ਕੁਐਸਚਨ ਮੈਂ ਤੁਹਾਨੂੰ ਹੋਮਵਰਕ ਦੇ ਵਿੱਚ ਦਿੱਤਾ ਸੀਗਾ, ਜੇਕਰ ਆਪਾਂ ਗੱਲ ਕਰੀਏ ਵੀ ਮੈਂ ਤੁਹਾਨੂੰ ਕਿਹਾ ਸੀਗਾ 400 ਸਾਲ ਦੇ ਵਿੱਚ 29 ਤਾਰੀਖ ਕਿੰਨੀ ਵਾਰੀ ਆਊਗੀ, ਠੀਕ ਹੈ ਜੀ, 400 ਸਾਲ ਦੇ ਵਿੱਚ 29 ਤਾਰੀਖ ਕਿੰਨੀ ਵਾਰੀ ਆਊਗੀ। ਤੇ ਜੇਕਰ ਮੈਂ ਗੱਲ ਕਰਾਂ ਵੀ 400 ਸਾਲ ਦੇ ਵਿੱਚ, ਤੇ ਇਸ ਤੋਂ ਪਹਿਲਾਂ ਆਪਾਂ ਪਿਛਲੀ ਕਲਾਸ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਵੀ 100 ਸਾਲ ਦੇ ਵਿੱਚ, 100 ਸਾਲ ਦੇ ਵਿੱਚ 29 ਤਾਰੀਖ ਕਿੰਨੀ ਵਾਰੀ ਆਈ ਸੀਗੀ, 29 ਡੇਟ 100 ਸਾਲ ਦੇ ਵਿੱਚ। ਤੇ ਜੇਕਰ ਆਪਾਂ ਗੱਲ ਕਰੀਏ ਵੀ 100 ਸਾਲ ਦੇ ਵਿੱਚ 29 ਤਾਰੀਖ ਕਿੰਨੀ ਵਾਰੀ ਆਈ ਸੀਗੀ, ਤੇ ਉਹ ਆਪਾਂ ਕਿੰਨੀ ਵਾਰੀ ਨਿਕਾਲਿਆ ਸੀ, 100 ਸਾਲ ਦੇ ਵਿੱਚ 29 ਤਾਰੀਖ ਆਈ ਸੀ 1124 ਵਾਰ। ਮੇਰੇ ਹਿਸਾਬ ਨਾਲ ਜਿਨ੍ਹਾਂ ਨੇ ਫਸਟ ਕਲਾਸ ਦੇਖੀ ਹੋਊਗੀ
ਉਹਨਾਂ ਨੂੰ ਸਭ ਇਸ ਚੀਜ਼ ਦਾ ਪਤਾ ਹੋਊਗਾ ਵੀ ਆਪਾਂ 100 ਸਾਲ ਦੇ ਵਿੱਚ 29 ਤਾਰੀਖ ਕਿੰਨੀ ਵਾਰੀ ਕੱਢੀ ਸੀਗੀ, 24 ਵਾਰੀ ਕੱਢੀ ਸੀਗੀ। ਤੇ ਜੇਕਰ ਆਪਾਂ ਦੇਖੀਏ ਵੀ 100 ਸਾਲ ਦੇ ਵਿੱਚ ਆਪਣੇ ਕੋਲ ਲੀਪ ਈਅਰ ਕਿੰਨੇ ਸੀਗੇ, ਕਿਉਂਕਿ ਜਿਨ੍ਹਾਂ ਨੇ ਪਿਛਲੀ ਕਲਾਸ ਨਹੀਂ ਦੇਖੀ ਸਿੱਧਾ ਡਾਇਰੈਕਟ ਸੈਕਿੰਡ ਕਲਾਸ ਦੇ ਵਿੱਚ ਆ ਰਹੇ ਆ, ਤੇ ਉਹਨਾਂ ਨੂੰ ਮੈਂ ਕਹਾਂਗਾ ਵੀ ਪਿਛਲੀ ਕਲਾਸ ਦੇਖੋ ਕੈਲੰਡਰ ਦੀ, ਠੀਕ ਹੈ ਜੀ। ਤੇ ਆਪਾਂ 100 ਸਾਲ ਦੇ ਵਿੱਚ ਜੇਕਰ ਆਪਾਂ ਲੀਪ ਈਅਰ ਦੀ ਗੱਲ ਕਰੀਏ ਤੇ ਇੱਕ ਆਪਣੇ ਕੋਲ ਨੋਰਮਲ ਈਅਰ ਸੀਗੇ ਜਿਨ੍ਹਾਂ ਨੂੰ ਆਰਡਨਰੀ ਈਅਰ ਦੇ ਨਾਂ ਨਾਲ ਵੀ ਜਾਣਦੇ ਆ। ਜੇਕਰ ਲੀਪ ਈਅਰ ਦੀ ਗੱਲ ਕਰੀਏ ਤੇ ਆਪਾਂ ਲੀਪ ਈਅਰ ਕਿੰਨੇ ਕੱਟੇ ਸੀਗੇ 100 ਸਾਲ ਦੇ ਵਿੱਚ, 24। ਜੇਕਰ 100 ਸਾਲ ਦੇ ਵਿੱਚ ਆਪਣੇ ਕੋਲ 24 ਆਪਣੇ ਲੀਪ ਈਅਰ ਹੋ ਗਏ ਤੇ ਆਪਣੇ ਨੋਰਮਲ ਈਅਰ ਕਿੰਨੇ ਹੋਣਗੇ, ਆਪਣੇ ਨੋਰਮਲ ਈਅਰ ਹੋ ਜਾਣਗੇ 76, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀਗੀ ਨੈਕਸਟ ਕੁਐਸਚਨ ਦੀ, ਠੀਕ ਹੈ ਜੀ। ਨੈਕਸਟ ਕੁਐਸਚਨ ਆਪਣਾ ਇਹ ਸੀਗਾ ਵੀ ਆਪਾਂ 100 ਸਾਲ ਦੇ ਵਿੱਚ 29 ਤਾਰੀਖ ਕੱਢੀ ਸੀ 1124 ਵਾਰ, ਤੇ ਮੈਂ ਉਸ ਤੋਂ ਬਾਅਦ ਥਰਡ ਕੁਐਸਚਨ ਪੁੱਛਿਆ ਸੀਗਾ ਤੁਹਾਡੇ ਕੋਲ ਵੀ 400 ਸਾਲ ਦੇ ਵਿੱਚ ਜਿਹੜੀ 29 ਤਾਰੀਖ ਹੈ ਕਿੰਨੀ ਵਾਰੀ ਆ ਸਕਦੀ ਹੈ, ਠੀਕ ਹੈ ਜੀ। ਤੇ ਉਹਦਾ ਸਭ ਤੋਂ ਬੈਟਰ ਤਰੀਕਾ ਸੀ ਤੁਸੀਂ ਕੀ ਕਰਨਾ, 1124 ਨੂੰ ਆਪਾਂ 4 ਦੇ ਨਾਲ ਕੀ ਕਰਾਂਗੇ, ਗੁਣਾ ਕਰ ਦਿਆਂਗੇ, ਠੀਕ ਹੈ ਜੀ। ਜਦੋਂ ਆਪਾਂ 1124 ਨੂੰ 4 ਦੇ ਨਾਲ ਗੁਣਾ ਕਰੋਗੇ, ਭਾਈ ਤੁਸੀਂ ਸਾਰੇ ਕੰਪੀਟੀਟਿਵ ਵਾਲੇ ਹੋ, ਇੰਨਾ ਕੁ ਤਾਂ ਕਰ ਹੀ ਸਕਦੇ ਹੋ, ਠੀਕ ਹੈ ਜੀ। ਤੇ ਜੇਕਰ ਆਪਾਂ ਡਾਇਰੈਕਟ ਗੱਲ ਕਰੀਏ ਆਪਣੇ ਕੋਲ ਕਿੰਨੇ ਆਣਗੇ, ਜਦੋਂ ਆਪਾਂ ਇਹਨੂੰ 1124 ਨੂੰ ਕਰਾਂਗੇ ਤੇ ਆਪਣੇ ਕੋਲ ਆ ਜਾਣਗੇ 1196 ਉਹ 4496, ਠੀਕ ਹੈ ਜੀ। ਹੁਣ 4496 ਤਾਂ ਆਪਣੇ ਕੋਲ 29 ਤਾਰੀਖ ਹੋ ਗਈ 100 ਸਾਲ 400 ਸਾਲ ਦੇ ਵਿੱਚ। ਦੇਖੋ ਮੈਂ ਉਸ ਦਿਨ ਗੱਲ ਕੀਤੀ ਸੀਗੀ 100 ਸਾਲ ਜਿਹਦੇ ਮਗਰ 2 ਜ਼ੀਰੋਆਂ ਹੋਣ, ਠੀਕ ਹੈ ਜੀ, ਆਪਾਂ ਉਹਨੂੰ ਕਿਹਦੇ ਨਾਲ ਭਾਗ ਕਰਾਂਗੇ 400 ਨਾਲ। ਮਤਲਬ ਕੀ ਹੈ, ਜਿਹੜੀ ਆਪਣੇ ਕੋਲ 2 ਜ਼ੀਰੋਆਂ ਵਾਲੀ 100ਵੀਂ ਸੈਂਚਰੀ ਹੈ ਇਹ ਕੀ ਆਪਣੇ ਕੋਲ ਨੋਰਮਲ ਸੈਂਚਰੀ ਹੈ। ਇਸੇ ਤਰੀਕੇ ਜਦੋਂ ਆਪਾਂ 200 ਦੀ ਗੱਲ ਕੀਤੀ ਸੀਗੀ, 200 ਨੂੰ 400 ਨਾਲ ਆਪਾਂ ਡਿਵਾਈਡ ਕਰਾਂਗੇ ਤੇ ਇਹ ਵੀ ਕੀ ਆਪਣੇ ਕੋਲ ਨੋਰਮਲ ਸੈਂਚਰੀ, ਕਿਉਂਕਿ ਪੂਰੀ ਘੱਟ ਨਹੀਂ ਹੋ ਰਹੀ, ਇਹਦੇ ਚ ਵੀ ਨੋਰਮਲ ਹੋਏਗੀ। 300 ਵਾਲੀ ਵੀ ਇਸੇ ਤਰੀਕੇ ਹੋ ਜੂਗੀ, ਪਰ ਕੀ ਇਹ ਜਿਹੜੀ 400 ਵਾਲੀ ਸੈਂਚਰੀ ਹੋਏਗੀ ਇਹ ਕੀ ਹੈ, ਪੂਰੀ ਪੂਰੀ ਕੀ ਹੋ ਜਾਏਗੀ ਆਪਣੇ ਕੋਲ 400 ਨਾਲ ਡਿਵਾਈਡ ਹੋ ਜਾਏਗੀ। ਇਸ ਕਰਕੇ ਜਿਹੜਾ 400ਵੀਂ ਸੈਂਚਰੀ ਹੈ ਇਹ ਕਿਹੜੀ ਸੈਂਚਰੀ ਹੈ, ਇਹ ਆਪਣੀ ਲੀਪ ਸੈਂਚਰੀ ਹੈ। ਇੰਨੀ ਗੱਲ ਨੂੰ ਸਮਝ ਕੇ ਹੋਵੋਗੇ, ਜਦੋਂ ਆਪਾਂ ਨੂੰ ਪਤਾ ਹੈ ਵੀ ਆਪਾਂ ਨੋਰਮਲ ਦਿਨ ਦੇ ਵਿੱਚ ਆਪਾਂ ਲੀਪ ਈਅਰ ਕਿੰਨੇ ਕੱਢੇ ਸੀਗੇ 24 100 ਸਾਲ ਦੇ ਵਿੱਚ, ਠੀਕ ਹੈ ਜੀ। ਐਵੇਂ 2 ਸਾਲ ਦੇ ਵਿੱਚ ਜਦੋਂ ਆਪਾਂ 24 ਨੂੰ 2 ਨਾਲ ਗੁਣਾ ਕਰਾਂਗੇ ਕਿੰਨੇ ਹੋ ਜਾਣਗੇ, 48 ਹੋ ਜਾਣਗੇ। ਇਸੇ ਤਰੀਕੇ 300 ਨਾਲ, ਪਰ ਕੀ ਇਹ 400 ਸਾਲ ਦੇ ਵਿੱਚ 300 ਸਾਲ ਦੇ ਵਿੱਚ ਵੀ 24 ਆਪਣੇ ਕੋਲ ਆਉਣਗੇ ਓਡ ਡੇ, ਤੇ ਇਸੇ ਤਰੀਕੇ ਜਦੋਂ 400 ਨਾਲ ਕਰਾਂਗੇ ਤੇ 400 ਦੇ ਵਿੱਚ ਕੀ ਹੁੰਦਾ ਹੁੰਦਾ ਹੈ, ਜਦੋਂ ਲੀਪ ਈਅਰ ਆ ਜਾਏ 1 ਦਿਨ ਐਕਸਟਰਾ ਹੋ ਜਾਂਦਾ ਹੁੰਦਾ ਹੈ। ਇਹਦਾ ਮਤਲਬ ਕੀ ਇਹ, ਜਿੱਥੇ ਬਾਕੀ ਦਾ 24 ਸੀਗੇ ਤੇ ਜੇਕਰ 400 ਸਾਲ ਦੀ ਗੱਲ ਕਰੀਏ ਤੇ ਇਹਦੇ ਚ ਕਿੰਨੇ ਲੀਪ ਈਅਰ ਹੋ ਜਾਣਗੇ, 25 ਹੋ ਜਾਣਗੇ, ਠੀਕ ਹੈ। ਕੀ ਹੋ ਜਾਏਗਾ, 1 ਦਿਨ ਕੀ ਹੋ ਜਾਏਗਾ ਆਪਣੇ ਕੋਲ ਐਕਸਟਰਾ ਹੋ ਜਾਊਗਾ। ਉਸੇ ਤਰੀਕੇ ਕੀ ਹੈ, ਆਪਾਂ ਇਹਦੇ ਵਿੱਚ 24 ਦਿਨ ਤਾਂ ਆਪਾਂ ਐਡ ਕਰ ਲਏ, ਕਿਉਂਕਿ ਆਪਾਂ 1124 ਨੂੰ ਕਿੰਨੇ ਨਾਲ ਕਰਦਾ, 4 ਨਾਲ ਮਲਟੀਪਲਾਈ, ਠੀਕ ਹੈ ਜੀ। ਆਪਾਂ ਕੀ 24 ਤਾਂ ਐਡ ਕਰ ਲਏ, ਪਰ ਇੱਕ ਜਿਹੜਾ ਐਕਸਟਰਾ ਦਿਨ ਆਇਆ ਸੀਗਾ ਉਹ ਆਪਾਂ ਐਡ ਕਰਨਾ ਅਜੇ ਬਾਕੀ ਹੈ। ਤੇ ਜੇਕਰ ਆਪਾਂ ਗੱਲ ਕਰੀਏ ਵੀ 400 ਸਾਲ ਦੇ ਵਿੱਚ ਆਪਣੀ ਜਿਹੜੀ 29 ਡੇਟ ਹੈ ਕਿੰਨੀ ਵਾਰੀ ਆਉਂਦੀ ਹੁੰਦੀ ਹੈ, ਤਾਂ ਉਹ ਆਉਂਦੀ ਹੁੰਦੀ ਹੈ 4497 ਵਾਰ, ਠੀਕ ਹੈ ਜੀ। ਇਹ ਕੀ ਹੈ, ਬਿਲਕੁਲ ਬੇਸਿਕ ਲੈਵਲ ਜੇ ਦਾ ਸਵਾਲ ਹੈ, ਪੇਪਰ ਦੇ ਵਿੱਚ ਕਈ ਵਾਰੀ ਪੁੱਛ ਲੈਂਦੇ ਆ, PSSB ਨਹੀਂ ਪੁੱਛਦੀ ਮੈਨੂੰ ਪਤਾ, ਪਰ ਕੀ ਇਹ ਸਬ ਇੰਸਪੈਕਟਰ ਲੈਵਲ ਦੀ ਜੇਕਰ ਗੱਲ ਕਰੀਏ ਉਸ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਉਹਨਾਂ ਕੀ ਇੱਥੇ ਪੁੱਛਿਆ ਸੀਗਾ 300 ਸਾਲ ਦੇ ਵਿੱਚ 29 ਤਾਰੀਖ ਕਿੰਨੀ ਵਾਰੀ ਆਊਗੀ 2021 ਦੇ ਪੇਪਰਾਂ ਦੇ ਵਿੱਚ, ਠੀਕ ਹੈ ਜੀ। TCS ਨੇ ਸਮ ਪੁੱਛਿਆ ਸੀਗਾ।
ਅੱਗੇ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਆਪਾਂ ਨੂੰ ਪਤਾ ਹੈ ਵੀ ਆਪਾਂ ਜਦੋਂ ਓਡੇ ਫਾਈਂਡ ਕਰਨੇ ਹੋਣ ਉੱਪਰ ਕੀ ਰੱਖੀਦਾ ਆਪਾਂ, ਆਪਾਂ ਰੱਖੀਦੇ ਨਾ ਟੋਟਲ ਡੇਜ਼, ਤੇ ਭਾਗ ਕਿਹਦੇ ਨਾਲ ਕਰੀਦੀ ਆਪਾਂ, ਸੱਤ ਦੇ ਨਾਲ। ਮੈਂ ਫੁੱਲ ਪ੍ਰੋਪਰ ਹੀ ਲਿਖ ਦਿੰਦਾ, ਟੋਟਲ ਨੰਬਰਸ ਆਫ ਡੇ, ਠੀਕ ਹੈ ਜੀ। ਜਿੱਦਾਂ ਮੈਂ ਐਗਜ਼ਾਮਪਲ ਲੈਣਾ ਤੁਹਾਡੇ ਕੋਲ, ਆਪਾਂ ਜਨਵਰੀ ਮਹੀਨੇ ਦੀ ਗੱਲ ਕਰੀਏ, ਤੇ ਜਨਵਰੀ ਦੇ ਵਿੱਚ ਜਨਵਰੀ ਆਪਣੇ ਕੋਲ ਕਿੰਨੇ ਦੀ ਹੁੰਦੀ ਹੈ, 31 ਦੀ ਹੁੰਦੀ ਹੈ, ਠੀਕ ਹੈ ਜੀ। ਆਹ ਆਪਣੇ ਕੋਲ 31 ਕੀ ਹੈ, ਟੋਟਲ ਡੇ ਆ ਗਏ ਆਪਣੇ ਕੋਲ, ਜਿੰਨੇ ਦਿਨ ਹੁੰਦੇ ਆ ਜਨਵਰੀ ਦੇ ਵਿੱਚ, ਤੇ ਇਹਨੂੰ ਭਾਗ ਕਿਹਦੇ ਨਾਲ ਕਰ ਦੇਣੀ ਹੈ, 7 ਦੇ ਨਾਲ। 7 ਚੌਕਾ ਕਿੰਨਾ ਹੁੰਦਾ, 28 ਹੁੰਦਾ, ਠੀਕ ਹੈ ਜੀ। 28 ਤੋਂ ਬਾਅਦ ਜੇਕਰ ਗੱਲ ਕਰੀਏ ਵੀ ਆਪਣੇ ਕੋਲ ਰਿਮਾਈਂਡਰ ਕਿੰਨਾ ਬਚੂਗਾ, ਆਪਣਾ ਜਿਹੜਾ ਹੈ ਸ਼ੇਸ਼ ਫਲ ਕਿੰਨਾ ਬਚ ਜਾਏਗਾ, ਤੇ 28 ਤੋਂ ਬਾਅਦ ਤੁਸੀਂ ਗਿਣ ਸਕਦੇ 29, 30 ਤੇ 31। ਮਤਲਬ ਕੀ ਹੈ, 3 ਦਿਨ ਕੀ ਹੋ ਜਾਣਗੇ ਆਪਣੇ ਕੋਲ ਜਨਵਰੀ ਦੇ ਵਿੱਚ, ਆਪਣੇ ਐਕਸਟਰਾ ਡੇ ਹੋ ਜਾਣਗੇ। ਜਦੋਂ 7 ਚੌਕਾ 28 ਦਾ ਕੱਟਿਆ ਗਿਆ, 3 ਆਪਣੇ ਕੋਲ ਕੀ ਆ ਗਏ, 3 ਆਪਣੇ ਕੋਲ ਐਕਸਟਰਾ ਦਿਨ ਬਚ ਕੇ ਆ ਗਏ, ਜਿਹਨਾਂ ਨੂੰ ਆਪਾਂ ਕਹੀਦਾ ਵੀ ਉਹ ਡੇ ਆ ਗਏ ਜੇ ਆਪਣਾ 3 ਰਿਮਾਈਂਡਰ ਬਚ ਗਿਆ, ਠੀਕ ਹੈ ਜੀ। ਇਸੇ ਤਰੀਕੇ ਜੇਕਰ ਮੈਂ ਗੱਲ ਕਰਦਾ ਵੀ ਮੇਰੇ ਕੋਲ ਕੀ ਹੈ, ਮੈਂ ਤੁਹਾਨੂੰ ਕਹਿ ਤਾ ਵੀ 45 ਡੇ ਦਿਨਾਂ ਦੇ ਵਿੱਚ ਉਹ ਡੇ ਪਤਾ ਕਰੋ। ਦੇਖੋ 45 ਡੇਜ਼ ਦੇ ਵਿੱਚ ਉਹ ਡੇ ਪਤਾ ਕਰੋ ਵੀ 45 ਦਿਨਾਂ ਦੇ ਵਿੱਚ ਉਹ ਡੇ ਕਿੰਨੇ ਹੋਣਗੇ, ਠੀਕ ਹੈ ਜੀ। ਇੰਨੀ ਗੱਲ ਸਭ ਨੂੰ ਸਮਝ ਲੱਗ ਗਈ ਹੋਏਗੀ, ਤੇ ਮੈਂ ਕੀ ਕਰਨ ਜਾ ਰਿਹਾ, ਰੇਸ ਕਰਨ ਜਾ ਰਿਹਾ ਟੋਟਲ ਨੰਬਰਸ ਆਫ ਡੇ, ਠੀਕ ਹੈ ਜੀ, ਅਪੋਨ 7 ਦੇ ਨਾਲ ਕੀ ਕਰ ਦੇਣਾ ਹੁੰਦਾ, ਆਪਾਂ ਭਾਗ ਕਰ ਦੇਣਾ ਹੁੰਦਾ। ਜਦੋਂ ਹੁਣ ਮੈਂ 45 ਦੀ ਗੱਲ ਕਰਦਾ, ਠੀਕ ਹੈ ਜੀ, ਮੈਂ ਗੱਲ ਕੀਤੀ 45 ਦੀ, ਤੇ ਭਾਗ ਕਿਹਦੇ ਨਾਲ ਕਰਨਾ, ਇਹ ਆਪਣੇ ਕੋਲ ਕੀ ਹੋ ਗਿਆ, ਟੋਟਲ ਨੰਬਰ ਆਫ ਡੇ ਹੋ ਗਿਆ, ਟੋਟਲ ਡੇਜ਼ ਹੋ ਗਿਆ। 7 ਨਾਲ ਕੀ ਕਰਦਾ, ਮੈਂ ਡਿਵਾਈਡ ਕਰਦਾ। ਜਦੋਂ ਮੈਂ 7 ਨਾਲ ਭਾਗ ਕਰਾਂਗਾ, ਤੇ 7 ਦਾ ਕੀ ਪਾਲ ਲੈਣਾ, ਆਪਾਂ ਟੇਬਲ ਪਾ ਲੈਣਾ, 1 7 2 7 14 3 4 5 6 7 8 9 10 11 12 13 14 15 16 17 ਕੀ ਹੁੰਦਾ, 42। 7 6 42, 42 ਦਾ ਪੂਰਾ ਪੂਰਾ ਕੱਟਿਆ ਗਿਆ। ਉਸ ਤੋਂ ਬਾਅਦ ਕੀ ਹੈ, 43 44 ਤੇ 45, 3 ਦਿਨ ਆਪਣੇ ਕੋਲ ਕੀ ਆ ਗਿਆ, 3 ਡੇ ਆਪਣੇ ਕੋਲ ਐਕਸਟਰਾ ਡੇ ਆ ਗਿਆ। ਮਤਲਬ ਕੀ ਇਹ, ਮੈਂ ਤੁਹਾਨੂੰ ਪੁੱਛਿਆ ਸੀਗਾ 45 ਦਿਨਾਂ ਦੇ ਵਿੱਚ ਉਹ ਡੇ ਕਿੰਨੇ ਨੇ, ਕਿੰਨੇ ਉਹ ਡੇ ਨੇ ਆਪਣੇ ਕੋਲ, 3। ਇਸੇ ਤਰੀਕੇ ਜੇਕਰ 46 ਦੀ ਗੱਲ ਕਰੀਏ, 46 ਦਿਨਾਂ ਦੇ ਵਿੱਚ ਉਹ ਡੇ ਕਿੰਨੇ ਹੋ ਜਾਣਗੇ, 4 ਹੋ ਜਾਣਗੇ। 47 ਦੀ ਗੱਲ ਕਰੀਏ, 47 ਚ ਕਿੰਨੇ ਹੋ ਜਾਣਗੇ, 5 ਹੋ ਜਾਣਗੇ। 48 ਦੀ ਗੱਲ ਕਰੀਏ, ਕਿੰਨੇ ਹੋ ਜਾਣਗੇ, 6 ਹੋ ਜਾਣਗੇ। ਉਸ ਤੋਂ ਬਾਅਦ ਜੇਕਰ ਆਪਾਂ 49 ਦੀ ਗੱਲ ਕਰੀਏ, ਠੀਕ ਹੈ ਜੀ, 49 ਨੂੰ ਜਦੋਂ 7 ਨਾਲ ਭਾਗ ਕਰਾਂਗੇ ਤੇ ਕਿੰਨਾ ਹੁੰਦਾ ਹੈ ਰਿਮਾਈਂਡਰ ਆਪਣੇ ਕੋਲ, 0 ਬਜੇਗਾ, ਕਿਉਂਕਿ 7 7 ਕਿੰਨਾ ਹੋ ਜਾਂਦਾ ਹੈ, 49 ਹੋ ਜਾਂਦਾ, ਪੂਰਾ ਪੂਰਾ ਕੱਟਿਆ ਗਿਆ ਰਿਮਾਈਂਡਰ। ਕੀ ਹੈ, ਜੇਕਰ ਮੈਂ 49 ਦੀ ਗੱਲ ਕਰਾਂ ਤੇ 49 ਦੇ ਵਿੱਚ ਮੇਰੇ ਕੋਲ ਕੀ ਹੋ ਜਾਏਗਾ, 0 ਹੋ ਜਾਏਗਾ। ਇਸੇ ਤਰੀਕੇ ਜਦੋਂ ਮੈਂ 50 ਦੀ ਗੱਲ ਕਰਾਂਗਾ ਤੇ ਮੇਰੇ ਕੋਲ ਓ ਡੇ ਕਿੰਨੇ ਆਣਗੇ, ਇੱਥੇ ਮੈਂ ਲਿਖ ਹੀ ਦੇਣਾ ਭਾਈ ਓ ਡੇ, ਠੀਕ ਹੈ ਜੀ। 50 ਦੀ ਗੱਲ ਕਰਾਂ, 50 ਦੇ ਵਿੱਚ ਮੇਰੇ ਕੋਲ ਕਿੰਨੇ ਆਣਗੇ, 50 ਦੇ ਵਿੱਚ ਮੇਰੇ ਕੋਲ ਆਣਗੇ, ਗਲਤੀ ਨਾਲ ਮੈਂ 52 ਲਿਖਤਾ ਹੈ, 50 ਦੇ ਵਿੱਚ ਮੇਰੇ ਕੋਲ ਓ ਡੇ ਕਿੰਨੇ ਆਣਗੇ, 1 ਆਊਗਾ। ਇਸੇ ਤਰੀਕੇ 51 ਦੇ ਵਿੱਚ ਮੇਰੇ ਕੋਲ ਕਿੰਨੇ ਆ ਜਾਣਗੇ, 2। 53 ਦੇ ਵਿੱਚ ਕਿੰਨੇ ਆ ਜਾਣਗੇ, 3 ਨਾ 51 ਤੋਂ ਬਾਅਦ 52। 52 ਦੇ ਵਿੱਚ ਕਿੰਨੇ ਆਣਗੇ, 52 ਦੇ ਵਿੱਚ ਆ ਜਾਣਗੇ 3। 54 ਚ ਕਿੰਨੇ ਆ ਜਾਣਗੇ, 4। 55 ਦੇ ਵਿੱਚ ਕਿੰਨੇ ਆ ਜਾਣਗੇ, 5। 56 ਦੇ ਵਿੱਚ ਕਿੰਨੇ ਆ ਜਾਣਗੇ, 6। ਤੇ 57 ਦੇ ਵਿੱਚ ਕਿੰਨੇ ਆ ਜਾਣਗੇ,
ਜੀਰੋ ਕਿਉਂਕਿ ਸੱਤੂ ਅੱਠ ਪਚਵੰਜਾ ਪੰਜਾਹ ਇਕਵੰਜਾ ਬਵੰਜਾ ਤਰਵੰਜਾ ਸੋਰੀ ਮਿਸਟੇਕ ਕਿਉਂ ਰਹੀ ਹੈ। ਚਲੋ ਜੀ ਅੱਗੇ ਚੱਲਦੇ ਹਾਂ, ਤਰਵੰਜਾ ਦੇ ਵਿੱਚ, ਚੁਰੰਜਾ ਦੇ ਵਿੱਚ, ਪਚਵੰਜਾ ਦੇ ਵਿੱਚ ਤੇ ਛਪੰਜਾ ਦੇ ਵਿੱਚ ਕੀ ਹੋ ਜਾਏਗਾ ਆਪਣੇ ਕੋਲ? ਜ਼ੀਰੋ ਹੋ ਜਾਏਗਾ, ਸੱਤੂ ਅੱਠ ਛਪੰਜਾ ਹੁੰਦਾ। ਠੀਕ ਹੈ ਜੀ, ਇਹਦਾ ਮਤਲਬ ਕੀ ਇਹ ਵੀ ਜੇਕਰ ਆਪਾਂ ਗੱਲ ਕਰੀਏ ਵੀ ਆਪਣੇ ਕੋਲ, ਮੈਂ ਗੱਲ ਕਰਾਂ ਵੀ ਆਪਣੇ ਕੋਲ ਵੱਧ ਤੋਂ ਵੱਧ ਓਡੇ ਕਿੰਨੇ ਹੋ ਸਕਦੇ ਆ? ਠੀਕ ਹੈ ਜੀ, ਇਸ ਚੀਜ਼ ਦੀ ਗੱਲ ਕਰਾਂ ਤਾਂ ਮੈਕਸੀਮਮ ਜਿਹੜੇ ਆਪਣੇ ਕੋਲ ਓਡੇ ਹੋ ਸਕਦੇ ਆ, ਪਹਿਲਾਂ ਮਿਨੀਮਮ ਦੀ ਗੱਲ ਕਰ ਲਈਏ। ਠੀਕ ਹੈ ਜੀ, ਮਿਨੀਮਮ ਆਪਣੇ ਕੋਲ ਓਡੇ ਕਿੰਨੇ ਹੋਣਗੇ? ਮਿਨੀਮਮ ਘੱਟੋ ਘੱਟ ਮਿਨੀਮਮ ਆਪਣੇ ਕੋਲ ਓਡੇ ਹੋਣਗੇ ਜ਼ੀਰੋ। ਠੀਕ ਹੈ ਜੀ, ਤੇ ਜੇ ਮੈਕਸੀਮਮ ਦੀ ਗੱਲ ਕਰੀਏ ਵੀ ਮੈਕਸੀਮਮ ਓਡੇ ਆਪਣੇ ਕੋਲ ਕਿੰਨੇ ਹੋ ਸਕਦੇ ਵੱਧ ਤੋਂ ਵੱਧ, ਤੇ ਉਹ ਕਿੰਨੇ ਹੋ ਸਕਦੇ ਆ? ਛੇ, ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ, ਘੱਟੋ ਘੱਟ ਓਡੇ ਕਿੰਨੇ ਨੇ? ਜ਼ੀਰੋ, ਤੇ ਵੱਧ ਤੋਂ ਵੱਧ ਓਡੇ ਕਿੰਨੇ ਨੇ? ਛੇ। ਇੱਥੋਂ ਕੀ ਕਨਫਰਮ ਹੋ ਰਿਹਾ ਆਪਾਂ ਨੂੰ? ਇੱਥੋਂ ਆਪਾਂ ਨੂੰ ਇਹ ਪਤਾ ਲੱਗ ਰਿਹਾ ਵੀ ਘੱਟੋ ਘੱਟ ਓਡੇ ਆਪਣੇ ਕੋਲ ਜ਼ੀਰੋ ਆ ਸਕਦਾ। ਇੰਨੀ ਗੱਲ ਨੂੰ ਧਿਆਨ ਨਾਲ ਸਮਝ ਲੈਣਾ, ਤੇ ਵੱਧ ਤੋਂ ਵੱਧ ਓਡੇ ਕਿੰਨੇ ਆ ਸਕਦੇ ਨੇ ਆਪਣੇ ਕੋਲ? ਛੇ ਆ ਸਕਦੇ ਨੇ, ਇਸ ਤੋਂ ਬਾਅਦ ਓਡੇ ਆਪਣੇ ਕੋਲ ਨਹੀਂ ਆ ਸਕਦੇ। ਉਹਦਾ ਕਾਰਨ ਕੀ ਹੈ? ਆਪਣੇ ਕੋਲ ਹਫ਼ਤਾ ਕੀ ਹੁੰਦਾ? ਸੱਤਾਂ ਦਾ, ਸੱਤ ਦਿਨ ਆਪਣੇ ਕੋਲ ਹੁੰਦੇ ਆ, ਪਰ ਕੀ ਹੈ ਵੀ ਜਿਹੜੇ ਇੱਕ ਦੇ ਐਕਸਟਰਾ ਆਉਂਦਾ ਹੁੰਦਾ ਨਾ, ਇਸ ਕਰਕੇ ਆਪਾਂ ਸੱਤ ਨਹੀਂ ਲਿਖ ਸਕਦੇ। ਵੱਧ ਤੋਂ ਵੱਧ ਮੈਕਸੀਮਮ ਓਡੇ ਕਿੰਨੇ ਨੇ? ਵੱਧ ਤੋਂ ਵੱਧ ਛੇ, ਤੇ ਘੱਟ ਤੋਂ ਘੱਟ ਮੈਕਸੀਮਮ ਓਡੇ ਕਿੰਨੇ ਹੋਣਗੇ ਆਪਣੇ ਕੋਲ? ਜ਼ੀਰੋ ਹੋਵੇਗਾ, ਸ਼ੂਨਿਆ ਹੋਵੇਗਾ। ਠੀਕ ਹੈ ਜੀ, ਇੰਨੀ ਗੱਲ ਨੂੰ ਤੁਸੀਂ ਕੀ ਇਹ ਅੰਡਰਸਟੈਂਡ ਕਰ ਗਏ ਹੋਵੋਗੇ। ਉਸ ਤੋਂ ਬਾਅਦ ਜੇਕਰ ਮੈਂ ਅੱਗੇ ਗੱਲ ਕਰਾਂ ਵੀ ਜਿੱਦਾਂ ਮੈਂ ਫਸਟ ਕਲਾਸ ਦੇ ਵਿੱਚ ਕੀਤੀ ਸੀਗੀ, ਆਪਣੇ ਕੋਲ ਗੱਲ ਕਰੀਏ ਵੀ ਜੇਕਰ ਆਪਾਂ ਗੱਲ ਕਰੀਏ ਵੀ ਇੱਕ ਜਿਹੜਾ ਨੋਰਮਲ ਈਅਰ ਹੁੰਦਾ ਆਪਣਾ ਓਰਡਨਰੀ ਈਅਰ, ਉਸ ਦੇ ਵਿੱਚ ਜੇਕਰ ਆਪਾਂ ਓਡ ਡਿਫਾਈਨ ਕਰਨੇ ਹੋਣ, ਠੀਕ ਹੈ ਜੀ, ਆਪਾਂ ਨੂੰ ਪਤਾ ਵੀ ਨੋਰਮਲ ਦਿਨ ਦੇ ਵਿੱਚ 365 ਦਿਨ ਹੁੰਦੇ ਆ, ਤੇ ਜਦੋਂ ਆਪਾਂ ਇਹਨੂੰ ਹਫ਼ਤਿਆਂ ਦੇ ਵਿੱਚ ਕਨਵਰਟ ਕਰਦੇ ਹਾਂ, ਵੀਕਸ ਦੇ ਵਿੱਚ ਕਨਵਰਟ ਕਰਦੇ ਹਾਂ, ਤੇ ਮੈਂ ਕਹਿੰਦਾ ਵੀ ਮੇਰੇ ਕੋਲ 52 ਵੀਕ ਅਤੇ ਇੱਕ ਦਿਨ ਬਚ ਜਾਂਦਾ, ਤੇ ਇਹ ਜਿਹੜਾ ਇੱਕ ਦਿਨ ਮੇਰੇ ਕੋਲ ਐਕਸਟਰਾ ਬਚਦਾ ਹੈ ਨਾ, ਇਹੀ ਮੇਰਾ ਕੀ ਹੋਏਗਾ? 8 ਓਡੇ ਹੋਏਗਾ, ਕਿਉਂਕਿ 52 ਤਾਂ ਪੂਰਾ ਪੂਰਾ ਕੱਟਿਆ ਜਾਂਦਾ 7 ਦੇ। ਇਸ ਤੋਂ ਬਾਅਦ ਜਦੋਂ ਆਪਾਂ ਕਰਦੇ ਹਾਂ ਓਡ ਈਅਰ ਦੀ ਗੱਲ, ਲੀਪ ਈਅਰ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਲੀਪ ਈਅਰ ਦੀ, ਲੀਪ ਈਅਰ ਦੇ ਵਿੱਚ ਮੈਂ ਗੱਲ ਕਰਾਂ ਤੇ 366 ਦਿਨ ਹੁੰਦੇ ਆ, ਤੇ ਜਦੋਂ ਆਪਾਂ ਮੰਨ ਕੇ ਚੱਲੋ ਵੀ ਆਪਾਂ ਲੀਪ ਈਅਰ ਦੀ ਗੱਲ ਕਰਦੇ ਹਾਂ ਵੀ ਮੇਰੇ ਕੋਲ 366 ਦਿਨ ਹੈਗੇ ਆ, ਤੇ ਜੇਕਰ ਮੈਂ ਲੀਪ ਈਅਰ ਦੇ ਵਿੱਚ ਐਕਸਟਰਾ ਡੇ ਕੱਢਨੇ ਹੋਣ, ਠੀਕ ਹੈ ਜੀ, ਤੇ ਮੇਰੇ ਕੋਲ ਕਿੰਨੇ ਬਚਣਗੇ ਲੀਪ ਈਅਰ ਦੇ ਵਿੱਚ? ਜੇਕਰ ਮੈਂ ਗੱਲ ਕਰਾਂ ਤੇ ਤੁਹਾਨੂੰ ਸਭ ਨੂੰ ਪਤਾ ਹੈ ਵੀ ਲੀਪ ਈਅਰ ਦੇ ਵਿੱਚ 366 ਦਿਨ ਹੁੰਦੇ ਆ, ਤੇ ਜੇਕਰ ਇਹਨੂੰ ਹਫ਼ਤਿਆਂ ਦੇ ਵਿੱਚ ਕਨਵਰਟ ਕਰੀਏ ਤਾਂ 52 ਵੀਕ ਅਤੇ 2 ਦਿਨ ਕੀ ਹੁੰਦੇ ਆ ਮੇਰੇ ਕੋਲ ਐਕਸਟਰਾ, ਠੀਕ ਹੈ ਜੀ, ਤੇ ਉਹਦੇ ਵਿੱਚ ਕੀ ਹੈ ਓਡੇ ਆਪਣੇ ਕੋਲ ਕਿੰਨੇ ਹੋ ਜਾਣਗੇ? 2 ਹੋ ਜਾਣਗੇ ਓਡੇ ਆਪਣੇ ਕੋਲ ਲੀਪ ਈਅਰ ਦੇ ਵਿੱਚ ਕਿੰਨੇ ਹੋ ਜਾਣਗੇ? 2। ਠੀਕ ਹੈ ਜੀ, ਇੰਨੀ ਗੱਲ ਸਮਝ ਕੇ ਹੋਵੋਗੇ, ਕਿਸੇ ਤਰ੍ਹਾਂ ਦੀ ਕੋਈ ਤੰਗ ਪਰੇਸ਼ਾਨੀ ਨਹੀਂ ਹੋਊਗੀ। ਜੇ ਇਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ, ਅੱਗੇ ਗੱਲ ਕਰਦੇ ਹਾਂ ਆਪਾਂ ਵੀ ਸੈਂਚਰੀ ਦੇ ਵਿੱਚ ਓਡ ਈਅਰ ਪਤਾ ਕਰਨੇ ਆ। ਹੁਣ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਸੈਂਚਰੀ ਦੇ ਵਿੱਚ ਓਡ ਡੇ ਪਤਾ ਕਰਨੇ ਆ, ਠੀਕ ਹੈ ਜੀ। ਚਲੋ ਜੀ ਆਪਾਂ ਗੱਲ ਕਰਦੇ ਹਾਂ ਵੀ ਫਸਟ ਸੈਂਚਰੀ ਆਪਣੇ ਕੋਲ ਕਿਹੜੀ ਆਊਗੀ? ਫਸਟ ਸੈਂਚਰੀ ਆਏਗੀ ਆਪਣੇ ਕੋਲ 100 ਵਾਲੀ, ਠੀਕ ਹੈ ਜੀ, 100 ਵਾਲੀ ਸੈਂਚਰੀ ਹੋਏਗੀ। ਜੇਕਰ ਸੈਂਚਰੀ ਦੇ ਵਿੱਚ
ਸੈਂਚਰੀ ਦੇ ਵਿੱਚ ਕੀ ਆਪਾਂ ਓ ਡੇ ਪਤਾ ਕਰਨੇ ਆ। ਠੀਕ ਹੈ ਜੀ, ਸੈਂਚਰੀ ਵਿੱਚ ਓ ਡੇ ਕਿੰਨੇ ਹੋਣਗੇ, ਤੇ ਫਸਟ ਸੈਂਚਰੀ ਆਪਾਂ ਕਿਹੜੀ ਚੱਕ ਲਈਏ, ਸੌ ਵਾਲੀ। ਜਦੋਂ ਆਪਾਂ ਸੌ ਵਾਲੀ ਸੈਂਚਰੀ ਚੱਕੀ ਤੇ ਆਪਾਂ ਸੌ ਵਾਲੀ ਸੈਂਚਰੀ ਦੇ ਵਿੱਚ ਕੀ ਪਤਾ ਕਰਨਾ ਹੈ, ਓ ਡੇ ਪਤਾ ਕਰਨੇ ਨੇ। ਠੀਕ ਹੈ ਜੀ, ਤੇ ਜਦੋਂ ਆਪਾਂ ਸੌ ਨੰਬਰ ਵਾਲੀ ਸੈਂਚਰੀ ਨੂੰ ਜਦੋਂ ਦੋ ਜੀਰੋ ਆ ਜਾਣ, ਠੀਕ ਹੈ ਜੀ, ਤੇ ਉਦੋਂ ਆਪਾਂ ਕੀ ਕਰੀਦਾ ਹੁੰਦਾ, ਜਦੋਂ ਭਾਗ ਕਰਾਂਗੇ ਆਪਾਂ, ਤੇ ਆਪਣੇ ਕੋਲ ਕੀ ਹੈ, ਆਪਾਂ ਪਿਛਲੀ ਕਲਾਸ ਦੇ ਵਿੱਚ ਵੀ ਵੇਖਿਆ ਸੀਗਾ, ਜਦੋਂ ਆਪਣੇ ਕੋਲ ਇਸ ਤਰੀਕੇ ਦੀ ਆ ਜਾਏ ਵੀ ਸੌ ਸੈਂਚਰੀ ਦੇ ਵਿੱਚ ਓ ਡੇ ਪਤਾ ਕਰੋ, ਤੇ ਆਪਾਂ ਕੀ ਕੀਤਾ ਸੀਗਾ, ਇੱਕ ਤੋਂ ਲੈ ਕੇ ਤੇ 99 ਆਪਾਂ ਅਲੱਗ ਲੈ ਲਏ ਸੀਗੇ, ਤੇ ਜਿਹੜਾ ਸੌ ਸੀਗਾ ਉਹਨੂੰ ਕੀ ਕੀਤਾ ਸੀ ਆਪਾਂ 400 ਦੇ ਨਾਲ ਭਾਗ ਕੀਤਾ ਸੀ, ਕਿਉਂਕਿ ਜਿਹਦੇ ਮਗਰ ਦੋ ਜੀਰੋਆਂ ਨਹੀਂ ਹੁੰਦੀਆਂ ਉਹਨੂੰ ਕਿਹਦੇ ਨਾਲ ਭਾਗ ਕਰਨਾ ਹੁੰਦਾ, ਚਾਰ ਦੇ ਨਾਲ। ਠੀਕ ਹੈ ਜੀ, ਤੇ ਜਿਹਦੇ ਮਗਰ ਦੋ ਜੀਰੋਆਂ ਹੁੰਦੀਆਂ ਨੇ ਉਹਨੂੰ ਕਿਹਦੇ ਨਾਲ ਭਾਗ ਕਰਨਾ ਹੁੰਦਾ, ਉਹਨੂੰ ਭਾਗ ਕਰਨਾ ਹੁੰਦਾ 400 ਦੇ ਨਾਲ। ਇੰਨੀ ਗੱਲ ਸਮਝ ਲੱਗ ਗਈ ਹੋਏਗੀ। ਠੀਕ ਹੈ ਜੀ, ਤੇ ਜਦੋਂ ਆਪਾਂ ਪਿਛਲੇ ਸਾਲ ਦੇ ਵਿੱਚ ਆਪਾਂ ਓ ਡੇ ਨਿਕਾਲੇ ਸੀਗੇ ਤੇ ਆਪਣੇ ਕੋਲ ਕਿੰਨੇ ਆਏ ਸੀਗੇ, 100 ਸਾਲ ਦੇ ਵਿੱਚ ਓ ਡੇ ਆਪਣੇ ਕੋਲ ਕਿੰਨੇ ਆਏ ਸੀਗੇ, 5 ਆਏ ਸੀਗੇ। ਠੀਕ ਹੈ ਜੀ, ਇੰਨੀ ਗੱਲ ਨੂੰ ਅੰਡਰਸਟੈਂਡ ਕਰ ਗਏ ਹੋ ਗਏ। ਠੀਕ ਹੈ ਜੀ, ਇਹ ਕੀ ਆਪਾਂ ਡੇਲੀ ਵਾਈਜ਼ ਥੋੜਾ ਥੋੜਾ ਕਲਾਸਿਸ ਦੇ ਵਿੱਚ ਰਿਵੀਜ਼ਨ ਵੀ ਨਾਲ ਕਰਾਂਗੇ। ਠੀਕ ਹੈ ਜੀ, ਤਾਂ ਇਹ ਆਪਣਾ ਜੇਕਰ 100 ਸਾਲ ਦੇ ਵਿੱਚ ਗੱਲ ਕਰੀਏ ਤੇ ਮੇਰੇ ਕੋਲ ਕਿੰਨੇ ਆਏ ਸੀਗੇ, 5 ਆਏ ਸੀਗੇ। ਜਿੰਨਾ ਪਿਛਲੀ ਕਲਾਸ, ਇਸ ਕਰਕੇ ਮੈਂ ਥੋੜਾ ਜਿਹਾ ਐਕਸਪਲੇਨੇਸ਼ਨ ਕਰਵਾਈ ਵੀ ਤੁਸੀਂ ਭਾਈ ਪਿਛਲੀ ਕਲਾਸ ਦੇਖ ਕੇ ਆਓ। ਠੀਕ ਹੈ ਜੀ, ਜੇ ਨਹੀਂ ਪਤਾ ਲੱਗਿਆ, ਕਿਉਂਕਿ ਉੱਥੇ ਆਪਾਂ ਕੱਢੇ ਸੀਗੇ। ਜੇਕਰ ਮੈਂ 200 ਸਾਲ ਦੀ ਗੱਲ ਕਰਾਂ, ਠੀਕ ਹੈ ਜੀ, 200 ਸਾਲ ਦੇ ਵਿੱਚ ਜੇਕਰ 100 ਸਾਲ ਵਿੱਚ 5, ਤੇ ਜਦੋਂ ਮੈਂ 5 ਨੂੰ 2 ਨਾਲ ਗੁਣਾ ਕਰਾਂਗਾ, 200 ਸਾਲ ਚ ਕਿੰਨੇ ਹੋ ਜਾਣਗੇ ਮੇਰੇ ਕੋਲ, 10। ਪਰ ਮੈਂ ਅਜੇ 2-4 ਮਿੰਟ ਪਹਿਲਾਂ ਹੀ ਤੁਹਾਨੂੰ ਕਰਾ ਕੇ ਆਇਆ ਵੀ ਮਿਨੀਮਮ ਆਪਣੇ ਕੋਲ 0 ਤੇ ਮੈਕਸੀਮਮ ਆਪਣੇ ਕੋਲ 6। ਭਾਈ ਦੱਸੋ, 10 ਹੋ ਸਕਦਾ, ਨਹੀਂ ਹੋ ਸਕਦਾ। ਮਤਲਬ ਕਿ 200 ਸਾਲ ਦੇ ਵਿੱਚ 10 ਓਡੇ ਨਹੀਂ ਹੋ ਸਕਦੇ, ਕਿਉਂਕਿ ਆਪਾਂ ਹੁਣੇ ਕੀਤਾ ਵੀ ਜੇਕਰ ਮਿਨੀਮਮ ਦੀ ਗੱਲ ਕਰੀਏ ਤੇ 0 ਓਡੇ ਹੁੰਦਾ, ਤੇ ਮੈਕਸੀਮਮ ਦੀ ਗੱਲ ਕਰੀਏ ਤਾਂ ਆਪਣੇ ਕੋਲ 6 ਓਡੇ ਹੁੰਦੇ ਆ। ਇਹਦਾ ਮਤਲਬ ਕੀ ਹੈ, ਟੋਟਲ ਨੰਬਰ ਆਫ ਡੇ ਨੂੰ ਆਪਾਂ ਕਹਿੰਦੇ ਨਾਲ ਭਾਗ ਕਰਾਂਗੇ 7 ਨਾਲ, ਤੇ ਮੇਰੇ ਕੋਲ ਕਿੰਨਾ ਆ ਜਾਊਗਾ, 3 ਓਡੇ ਆ ਜਾਣਗੇ। ਹੁਣ ਇੱਥੋਂ ਆਪਾਂ ਨੂੰ ਕੀ ਕਨਫਰਮ ਹੋ ਗਿਆ ਵੀ ਜੇਕਰ 200 ਸਾਲ ਦੇ ਵਿੱਚ 100 ਸਾਲ ਚ 5 ਆਏ, 200 ਸਾਲ ਚ ਕਿੰਨੇ ਆਣਗੇ, 3 ਆਣਗੇ। ਇਸ ਤੋਂ ਬਾਅਦ ਅੱਗੇ 300 ਦੀ ਗੱਲ ਕਰੀਏ, 300 ਹੁਣ ਜੇਕਰ 100 ਸਾਲ ਦੇ ਵਿੱਚ 5 ਆ, ਤੇ ਇਹਨੂੰ ਕਿੰਨੇ ਨਾਲ ਗੁਣਾ ਕਰਾਂਗੇ, 15 ਨਾਲ, ਕਿੰਨੇ ਆ ਜਾਣਗੇ, 15। ਪਰ 15 ਤਾਂ ਹੋ ਨਹੀਂ ਸਕਦੇ, ਫਿਰ ਕੀ ਕਰਾਂਗੇ ਆਪਾਂ, 7 ਨਾਲ ਭਾਗ ਕਰਾਂਗੇ, ਤੇ ਆਪਣੇ ਕੋਲ ਓ ਡੇ ਕਿੰਨਾ ਬਚ ਕੇ ਆ ਜਾਊਗਾ, ਐਕਸਟਰਾ ਦਿਨ 1 ਬਚ ਕੇ ਆ ਜਾਊਗਾ, ਕਿਉਂਕਿ 107 ਆ, 200 ਤੇ 14 ਦਿਨ ਕੱਟਿਆ ਗਿਆ, ਤੇ ਜਿਹੜਾ ਰਿਮਾਈਂਡਰ ਬਚਿਆ ਆਪਣੇ ਕੋਲ ਐਕਸਟਰਾ 6 ਸਾਲ ਬਚਿਆ, ਉਹ ਕਿੰਨਾ ਆਇਆ ਆਪਣੇ ਕੋਲ, 1 ਆ ਗਿਆ। ਇਸ ਤੋਂ ਬਾਅਦ ਜਦੋਂ ਆਪਾਂ 400 ਦੀ ਗੱਲ ਕਰਦੇ ਹਾਂ, ਠੀਕ ਹੈ ਜੀ, 400 ਦੀ ਜਦੋਂ ਆਪਾਂ ਗੱਲ ਕੀਤੀ, ਮੈਂ ਤੁਹਾਨੂੰ ਕਿਹਾ ਵੀ 400 ਦੇ ਵਿੱਚ ਤਾਂ 4 ਨਾਲ ਗੁਣਾ ਕਰਾਂਗੇ, ਕਿੰਨੇ ਹੋਣੇ ਚਾਹੀਦੇ, 20 ਹੋਣੇ ਚਾਹੀਦੇ। ਪਰ ਨਹੀਂ, ਤੁਸੀਂ ਭੁੱਲ ਗਏ, ਮੈਂ ਤੁਹਾਨੂੰ ਹੁਣੇ ਦੱਸ ਕੇ ਆਇਆ ਵੀ ਜਿਹਦੇ ਮਗਰ 2 ਜੀਰੋ ਆ ਜਾਣ ਉਹਨੂੰ ਕਿੰਨੇ ਨਾਲ ਕਰਨਾ ਹੁੰਦਾ, 400 ਦੇ ਨਾਲ ਭਾਗ ਕਰਨਾ ਹੁੰਦਾ। ਤੇ ਜਦੋਂ 400 ਨੂੰ 400 ਨਾਲ ਡਿਵਾਈਡ ਕਰਤਾ, ਇਹ ਕਿਹੜਾ ਬਣ ਗਿਆ ਸੀਗਾ, ਸੈਂਚਰੀ ਬਣ ਗਿਆ ਸੀਗਾ, ਇਹਦਾ ਮਤਲਬ ਓ ਡੇ ਕਿੰਨੇ ਆਣਗੇ, ਇੱਥੇ 0 ਆ ਜਾਏਗਾ। ਇੰਨੀ ਗੱਲ ਅੰਡਰਸਟੈਂਡ ਕਰ ਗਏ, ਜੇ ਕੋਈ ਕਿਸੇ ਨੂੰ ਕਿੰਤੂ ਪਰੰਤੂ ਹੋਏ ਤਾਂ ਮੈਨੂੰ ਕੀ ਕਰਨਾ, ਮੈਸੇਜ ਦੇ ਵਿੱਚ ਥੱਲੇ ਬੋਕਸ ਦੇ ਵਿੱਚ ਜ਼ਰੂਰ ਦੱਸਿਆ ਜੇ, ਆਪਾਂ ਉਸ ਚੀਜ਼ ਦਾ ਕੱਲ੍ਹ ਕੀ ਕਰਾਂਗੇ, ਦੁਬਾਰਾ ਤੋਂ ਸੋਲਿਊਸ਼ਨ ਲੈ ਕੇ ਆਵਾਂਗੇ। ਠੀਕ ਹੈ ਜੀ, ਇਸ ਤੋਂ ਬਾਅਦ ਜੇਕਰ ਅੱਗੇ ਮੈਂ ਨੈਕਸਟ ਸਲਾਈਡ ਤੇ ਚੱਲਦਾ, ਆਪਾਂ ਕਿੰਨਾ 400 ਤੱਕ ਕਰ ਲੈ, ਠੀਕ ਹੈ ਜੀ,
ਮੈਕਸੀਮਮ ਕਿੰਨੇ 0, ਮੈਕਸੀਮਮ 6 ਤੇ ਮਿਨੀਮਮ ਕਿੰਨੇ 0 ਵੋਟ ਡੇ ਆਪਣੇ ਕੋਲ। ਇੰਨੀ ਗੱਲ ਸਮਝ ਲੱਗ ਗਈ ਹੋਏਗੀ। ਅੱਗੇ ਚੱਲਦਾ ਮੈਂ ਨੈਕਸਟ। ਠੀਕ ਹੈ ਜੀ, ਹੁਣ ਜੇਕਰ ਮੈਂ 500 ਸਾਲ ਦੀ ਗੱਲ ਕਰਾਂ, 500 ਜਿਹੜੀ ਸੈਂਚਰੀ ਹੈ ਭਾਈ ਇਹ ਮੇਰੀ ਓਲਡ ਸੈਂਚਰੀ ਨਹੀਂ ਹੈਗੀ। ਠੀਕ ਹੈ ਜੀ, ਜੇਕਰ 100 ਸਾਲ ਦੇ ਵਿੱਚ ਮੇਰੇ ਕੋਲ ਕਿੰਨੇ ਨੇ 5 ਨੇ, ਤੇ 500 ਸਾਲ ਦੇ ਵਿੱਚ ਮੇਰੇ ਕੋਲ ਕਿੰਨੇ ਹੋਣਗੇ 25 ਹੋਣਗੇ, ਤੇ 25 ਨੂੰ ਜਦੋਂ ਮੈਂ 7 ਨਾਲ ਭਾਗ ਕਰਾਂਗਾ 107, 214, 321, ਠੀਕ ਹੈ ਜੀ, ਮੇਰੇ ਕੋਲ ਕਿੰਨੇ ਬਚ ਗਏ 4 ਬਚ ਗਏ। ਠੀਕ ਹੈ ਜੀ, ਕਿੰਨੇ ਬਚ ਗਏ ਮੇਰੇ ਕੋਲ ਓਡੇ 4 ਬਚ। ਉਸ ਤੋਂ ਬਾਅਦ ਜਦੋਂ 600 ਨਾਲ ਕਰਾਂਗੇ, ਠੀਕ ਹੈ ਜੀ, ਕਿੰਨੇ ਨਾਲ ਕਰਨਾ ਆਪਾਂ, 6 ਨਾਲ 6 ਭਾਜਾ 30, ਜਦੋਂ ਭਾਗ 7 ਤੇ ਕਰਾਂਗੇ 7 × 28, ਰਿਮਾਈਂਡਰ ਕਿੰਨਾ ਬਚ ਗਿਆ 2 ਬਚ ਗਿਆ। ਇੱਥੋਂ ਕੀ ਕਲੀਅਰ ਹੋ ਰਿਹਾ, ਇੱਥੋਂ ਇਹ ਹੋ ਰਿਹਾ ਵੀ ਮੇਰੇ ਕੋਲ 100 ਸਾਲ ਦੇ ਵਿੱਚ ਤਾਂ ਓਡੇ 5 ਹੋਣਗੇ। ਠੀਕ ਹੈ ਜੀ, ਓਡੇ ਓਡੀ ਪਾਤਾ ਮੈਂ। ਠੀਕ ਹੈ ਜੀ, 200 ਸਾਲ ਦੇ ਵਿੱਚ ਮੇਰੇ ਕੋਲ ਓਡੇ ਕਿੰਨੇ ਬਚਿਆ, 200 ਸਾਲ ਦੇ ਵਿੱਚ ਮੇਰੇ ਕੋਲ ਓਡੇ ਬਚੇ ਕਿੰਨੇ 3। ਆ ਦੇਖੋ 200 ਸਾਲ ਦੇ ਵਿੱਚ ਓਡੇ ਕਿੰਨੇ 3, 300 ਸਾਲ ਦੇ ਵਿੱਚ ਓਡੇ ਮੇਰੇ ਕੋਲ 1, 400 ਸਾਲ ਦੇ ਵਿੱਚ ਤਾਂ 0, 400 ਸਾਲ ਦੇ ਵਿੱਚ 0। ਉਸ ਤੋਂ ਬਾਅਦ ਜੇਕਰ 500 ਸਾਲ ਦੀ ਗੱਲ ਕਰੀਏ, 500 ਸਾਲ ਦੇ ਵਿੱਚ ਮੇਰੇ ਕੋਲ ਕਿੰਨੇ ਹੋ ਗਏ, 500 ਸਾਲ ਦੇ ਵਿੱਚ ਮੇਰੇ ਕੋਲ 4 ਹੋ ਗਏ। ਇਸ ਤੋਂ ਬਾਅਦ 600 ਸਾਲ ਦੀ ਗੱਲ ਕਰੀਏ, 600 ਸਾਲ ਦੇ ਵਿੱਚ ਮੇਰੇ ਕੋਲ ਕਿੰਨੇ ਹੋ ਜਾਣਗੇ, 600 ਸਾਲ ਦੇ ਵਿੱਚ ਮੇਰੇ ਕੋਲ 2 ਹੋ ਜਾਣਗੇ। ਇਸ ਤੋਂ ਬਾਅਦ ਜੇਕਰ ਆਪਾਂ 700 ਸਾਲ ਦੀ ਗੱਲ ਕਰੀਏ, ਦੇਖੋ ਮੈਨੂੰ ਪਤਾ ਹੈ ਜਿਨ੍ਹਾਂ ਅਜੇ ਤੱਕ ਨਹੀਂ ਪੜਿਆ ਉਹਨਾਂ ਨੂੰ ਔਖਾ ਲੱਗ ਰਿਹਾ ਹੋਊਗਾ ਵੀ ਸਰ ਕੀ ਕਰਾ ਰਹੇ ਅਸੀਂ ਤੇ ਕੁਐਸਚਨਸ ਤੇ ਕਿਉਂ ਨਹੀਂ ਆ ਰਹੇ। ਉਹਦਾ ਭਾਈ ਕਾਰਨ ਇਹ ਆ ਵੀ ਬੇਸ ਸਟਰੋਂਗ ਕਰਨਾ ਹੀ ਕਰਨਾ ਆਪਾਂ, ਕੱਲ ਨੂੰ ਆਪਾਂ ਜਿਹੜੇ ਮਰਜ਼ੀ ਪੇਪਰ 'ਚ ਬਹਿ ਜਾਈਏ ਆਪਣਾ ਕੀ ਹੈ ਕੈਲੰਡਰ ਦਾ ਸਵਾਲ ਰੁਕਣਾ ਨਹੀਂ ਚਾਹੀਦਾ, ਮੇਰਾ ਇਹ ਮੰਨਣਾ ਹੈ। ਬਾਕੀ ਟੀਚਰਾਂ ਦੀ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ ਵੀ ਠੀਕ ਹੈ ਜੀ, ਜਿਹੜਾ ਅੱਜ ਕੱਲ੍ਹ ਰਿਵਾਜ ਚੱਲ ਰਿਹਾ ਵੀ MCQ ਲਾਇਓ ਜਾਂ ਕੀ ਕਰੋ, ਨਾਲ ਦੀ ਨਾਲ ਬੇਸਿਕ 2-4 ਕਲੀਅਰ ਕਰਾਓ ਤੇ ਉਸ ਤੋਂ ਬਾਅਦ ਕੀ ਹੈ ਡਾਇਰੈਕਟ ਕੁਐਸਚਨਾਂ ਤੇ ਆ ਜਾਓ। ਨਹੀਂ, ਜਿਹੜਾ ਕਿੰਨੇ ਚੈਪਟਰ ਆਪਾਂ ਕਰਾਂਗੇ ਆਪਾਂ ਭਾਈ ਬੇਸਿਕ ਤੋਂ ਹੀ ਕਰਾਂਗੇ। ਠੀਕ ਹੈ ਜੀ, ਆਪਾਂ ਜੇ ਗੱਲ ਕਰਦੇ ਹਾਂ 700 ਦੀ, ਠੀਕ ਹੈ ਜੀ, 700 ਨਾਲ ਜਦੋਂ ਆਪਾਂ 2 ਜੀਰੋਆਂ ਨੇ ਭਾਗ ਦਿਆਂਗੇ ਤੇ ਆਪਾਂ ਨੂੰ ਕਿੰਨਾ ਬਚ ਜਾਏਗਾ, ਰਿਮਾਈਂਡਰ ਕਰਕੇ ਦੇਖ ਲੈਂਦੇ ਹਾਂ ਜੇਕਰ ਨਹੀਂ ਯਕੀਨ ਤਾਂ। 4 ਨਾਲ, 400 ਨਾਲ 1 × 2 ਚੁੱਕੇ 8, ਮਤਲਬ ਕੀ ਹੈ 1 ਹੀ ਬਚੂਗਾ। ਤੇ ਜੇਕਰ 400 ਕੀਤਾ 0 0, 7 ਦੇ ਵਿੱਚੋਂ 4 ਕੱਢੇ ਕਿੰਨਾ ਬਚੇਗਾ ਦੱਸੋ ਭਾਈ, ਕਿੰਨਾ ਬਚ ਗਿਆ 3। ਜਦੋਂ 300 ਰਿਮਾਈਂਡਰ ਆ ਰਿਹਾ ਆਪਣੇ ਕੋਲ, ਠੀਕ ਹੈ ਜੀ, ਕਿੰਨਾ ਆ ਰਿਹਾ ਸੀਗਾ 300, 300 ਸਾਲ ਦੇ ਵਿੱਚ ਓਡੇ ਕਿੰਨੇ ਹੋਣਗੇ, 700 ਸਾਲ ਦੇ ਵਿੱਚ 1 ਓਡੇ ਹੋ ਜਾਏਗਾ। ਦੇਖੋ ਭਾਈ 300 ਸਾਲ ਦੇ, ਆਹ ਦੇਖੋ ਰਿਮਾਈਂਡਰ ਕਿੰਨਾ ਬਚਿਆ 3 ਬਚਿਆ, ਤੇ ਜਦੋਂ 3 ਬਚਦਾ ਸੀ ਤਾਂ ਓਡੇ ਕਿੰਨੇ ਹੁੰਦੇ ਸੀਗੇ, 1 ਹੁੰਦਾ ਸੀਗਾ। ਸਮੇਂ ਲੱਗ ਗਈ ਨਾ, ਠੀਕ ਹੈ ਜੀ। ਇਸ ਤੋਂ ਬਾਅਦ ਜੇਕਰ ਆਪਾਂ ਥੋੜਾ ਜਿਹਾ ਮੈਨੂੰ ਰੇਜ਼ ਕਰਨਾ ਪਏਗਾ ਕਿਉਂਕਿ ਸੀਰੀਜ਼ ਨਾਲ ਕੰਟੀਨਿਊ ਚਲਾਉਣੀ ਹੈ। 700 ਸਾਲ ਦੇ ਵਿੱਚ ਮੇਰੇ ਕੋਲ 1 ਬਚ ਗਿਆ ਐਕਸਟਰਾ ਦਿਨ, ਠੀਕ ਹੈ ਜੀ। ਇਸ ਤੋਂ ਬਾਅਦ ਜਦੋਂ ਮੈਂ 800 ਸਾਲ ਦੀ ਗੱਲ ਕਰਦਾ ਵੀ 8ਵੀਂ ਸੈਂਚਰੀ ਦੇ ਵਿੱਚ ਮੇਰੇ ਕੋਲ ਓਡੇ ਕਿੰਨਾ ਬਚੂਗਾ, ਤੇ ਮੈਂ ਗੱਲ ਕਰਾਂਗਾ 800 ਸੈਂਚਰੀ ਦੇ ਵਿੱਚ ਮੇਰੇ ਕੋਲ ਓਡੇ, ਕਿਉਂਕਿ ਜੇਕਰ 800 ਦੀ ਗੱਲ ਕਰੀਏ ਭਾਈ ਇਹ ਵੀ ਤੁਹਾਨੂੰ ਕਰਾ ਕੇ ਦੱਸ ਦੇਣਾ, 800 ਨੂੰ ਵਿੱਚ ਰੱਖਿਆ 4 ਦੇ ਭਾਗ, 400 ਦੇ ਭਾਗ ਦਿੱਤਾ ਤੇ ਕਿੰਨੇ ਤੇ ਕੱਟਿਆ ਜਾਏਗਾ 2, ਤੇ ਸ਼ੇਸ਼ ਫਲ ਕੀ ਹੈ 0 ਬਚੇਗਾ। ਮਤਲਬ 800 ਸਾਲ ਦੇ ਵਿੱਚ ਆਪਣੇ ਕੋਲ ਓਡੇ ਕਿੰਨੇ ਹੋਣਗੇ, 0 ਹੋਣਗੇ। ਇੰਨੀ ਗੱਲ ਸਮਝ ਲੱਗ ਗਈ। ਇਸ ਤੋਂ ਬਾਅਦ ਕੋਈ ਕਿਸੇ ਨੂੰ ਕਰਿੰਤੂ ਪ੍ਰਿੰਤੂ ਹੋਵੇ ਤਾਂ ਵੀ ਦੱਸ ਸਕਦਾ, ਠੀਕ ਹੈ ਜੀ। 100 ਸਾਲ ਦੇ ਵਿੱਚ 5, 200 ਸਾਲ ਦੇ ਵਿੱਚ 3,
300 ਸਾਲ ਚ ਇੱਕ, 400 ਸਾਲ ਚ ਜ਼ੀਰੋ। ਇਸੇ ਤਰੀਕੇ ਜੇਕਰ ਮੈਂ 400 ਦੀ ਗੱਲ ਕਰੀਏ, 1 ਚੌਕਾ 0, 8 ਦੇ ਵਿੱਚ 0, ਉਸ ਤੋਂ ਬਾਅਦ 1 ਚੌਕਾ 2 ਚੌਕਾ 3 ਚੌਕੇ 12 ਦੇ ਵਿੱਚ 0, 4 ਚੌਕੇ 16 ਦੇ ਵਿੱਚ 0, 20 ਦੇ ਵਿੱਚ 0। ਮਤਲਬ ਕੀ ਇਹ ਸਾਰੀਆਂ ਕੀ ਹੋਣਗੀਆਂ? ਲੀਪ ਈਅਰ ਸੈਂਚਰੀ ਹੋਣਗੀਆਂ। 100 ਵਾਲੀ ਸਾਲ ਵਾਲੀ ਜਿਹੜੀ ਸੈਂਚਰੀ ਹੋਏਗੀ ਲੀਪ ਸੈਂਚਰੀ, 400 ਸਾਲ ਵਾਲੀ ਲੀਪ ਸੈਂਚਰੀ, ਉਸ ਤੋਂ ਬਾਅਦ 800 ਸਾਲ ਵਾਲੀ ਲੀਪ ਸੈਂਚਰੀ, 1200 ਵਾਲੀ ਲੀਪ ਸੈਂਚਰੀ, 1600 ਵਾਲੀ ਲੀਪ ਸੈਂਚਰੀ, 2000 ਵਾਲੀ ਕੀ ਹੋਏਗੀ? ਲੀਪ ਸੈਂਚਰੀ ਹੋਣਗੇ। ਇਹਨਾਂ ਚ ਰਿਮਾਈਂਡਰ ਜਾਂ ਓ ਡੇ 0 ਬਚਣਗੇ। ਇੰਨੀ ਗੱਲ ਨੂੰ ਸਮਝ ਗਏ ਹੋ ਗਏ, ਭਲੀ ਭਾਤੀ ਸਮਝ ਗਏ ਹੋ ਗਏ। ਹੁਣ ਆਪਾਂ ਚੱਲਦੇ ਹਾਂ ਅੱਗੇ, ਠੀਕ ਹੈ ਜੀ, ਨੈਕਸਟ ਸਲਾਈਡਸ ਦੇ ਉੱਪਰ। ਜੇਕਰ ਮੈਂ ਗੱਲ ਕਰਾਂ ਵੀ ਆਪਣੇ ਕੋਲ ਜਿਹੜਾ ਜੇਕਰ ਗੱਲ ਕਰੀਏ ਓ ਡੇ ਦੀ ਗੱਲ ਕਰੀਏ, ਠੀਕ ਹੈ ਜੀ, ਜਦੋਂ ਆਪਣੇ ਕੋਲ ਓ ਡੇ ਓਡ ਡੇਜ, ਜਦੋਂ ਆਪਣੇ ਕੋਲ ਓ ਡੇ 0 ਬਚੇ, ਉਦੋਂ ਆਪਣੇ ਕੋਲ ਦਿਨ ਕਿਹੜਾ ਹੋਏਗਾ? ਉਦੋਂ ਆਪਣੇ ਕੋਲ ਡੇ ਹੋਣਗੇ। ਇੱਥੇ ਹੋਏਗਾ ਆਪਣੇ ਕੋਲ ਸੰਡੇ। ਧਿਆਨ ਨਾਲ ਸਮਝੋ ਗੱਲ, ਜਦੋਂ ਆਪਣੇ ਕੋਲ 0 ਓ ਡੇ ਬਚੇ, ਉਦੋਂ ਆਪਾਂ ਦਿਨ ਕਿਹੜਾ ਹੋਏਗਾ? ਆਪਣੇ ਕੋਲ ਐਤਵਾਰ ਹੋਊਗਾ, ਠੀਕ ਹੈ ਜੀ, ਐਤਵਾਰ। ਜਦੋਂ ਆਪਣੇ ਕੋਲ 1 ਬਚ ਗਿਆ, ਉਦੋਂ ਆਪਣੇ ਕੋਲ ਕੀ ਹੋਏਗਾ? ਮੰਡੇ ਹੋਏਗਾ। ਮਤਲਬ ਕੀ ਹੋਊਗਾ? ਆਪਣੇ ਕੋਲ ਸੋਮਵਾਰ ਹੋਊਗਾ। ਜਦੋਂ ਆਪਣੇ ਕੋਲ 2 ਬਚ ਗਏ ਆਪਣੇ ਕੋਲ, ਉਦੋਂ ਆਪਣੇ ਕੋਲ ਕੀ ਹੋਊਗਾ? ਉਦੋਂ ਆਪਣੇ ਕੋਲ ਹੋਊਗਾ ਮੰਗਲਵਾਰ, ਠੀਕ ਹੈ ਜੀ। 2 ਬਚ ਗਿਆ ਆਪਣੇ ਕੋਲ ਕੀ ਹੋਏਗਾ? ਮੰਡੇ ਤੋਂ ਬਾਅਦ ਟਿਊਜ਼ਡੇ। ਮਤਲਬ ਕੀ ਹੋਊਗਾ? ਆਪਣੇ ਕੋਲ ਮੰਗਲਵਾਰ ਹੋਊਗਾ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ 3 ਬਚ ਗਿਆ, ਮੰਡੇ ਟਿਊਜ਼ਡੇ ਵੈਡਨਸਡੇ ਹੋਊਗਾ। 4 ਬਜ ਗਿਆ, ਆਪਣੇ ਕੋਲ ਥਰਸਡੇ ਹੋਊਗਾ। ਉਸ ਤੋਂ ਬਾਅਦ 5 ਬਜ ਗਿਆ, ਠੀਕ ਹੈ ਜੀ, ਮੰਗਲਵਾਰ, ਬੁੱਧਵਾਰ, ਉਸ ਤੋਂ ਬਾਅਦ ਵੀਰਵਾਰ, ਉਸ ਤੋਂ ਬਾਅਦ ਹੈਗਾ ਸ਼ੁੱਕਰਵਾਰ। ਜਦੋਂ ਆਪਣੇ ਕੋਲ ਕੀ ਹੋਏਗਾ? 6 ਆ ਗਿਆ, ਉਦੋਂ ਆਪਣੇ ਕੋਲ ਕੀ ਹੋਏਗਾ? ਸ਼ਨੀਵਾਰ ਹੋਏਗਾ, ਸ਼ਨੀਵਾਰ, ਸੈਚਰਡੇ। ਇੰਨੀ ਗੱਲ ਕਿਸੇ ਨੂੰ ਕਿੰਤੂ ਪਰੰਤੂ, ਇੱਥੇ ਕੀ ਹੋ ਜਾਏਗਾ ਆਪਣੇ ਕੋਲ? ਫਰਾਈਡੇ, ਠੀਕ ਹੈ ਜੀ। ਇਸ ਤਰੀਕੇ ਤੁਸੀਂ ਕੀ ਹੈ, ਸੰਡੇ ਤੋਂ ਬਾਅਦ ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਚਰਡੇ, ਠੀਕ ਹੈ ਜੀ, ਸੈਚਰਡੇ ਤੇ ਉਸ ਤੋਂ ਬਾਅਦ ਸੰਡੇ। ਸੰਡੇ ਆਪਣੇ ਕੋਲ ਕਿੱਥੇ ਆ ਗਿਆ? ਸੰਡੇ ਆ ਗਿਆ ਆਪਣੇ ਕੋਲ 0 ਤੇ। ਇਸ ਤੋਂ ਬਾਅਦ ਭਾਈ ਜੇਕਰ ਕਿਸੇ ਨੂੰ ਕੋਈ ਵੀ ਦਿੱਕਤ ਹੈਗੀ ਹੈ ਤਾਂ ਮੈਨੂੰ ਦੱਸ ਸਕਦਾ, ਠੀਕ ਹੈ ਜੀ। ਦੁਬਾਰਾ ਫਿਰ ਮੈਂ ਲਿਖ ਦਿੰਦਾ ਆਹ ਚੀਜ਼ ਨੂੰ, ਕੀ ਹੈ, ਤੁਸੀਂ ਰੱਟਾ ਮਾਰ ਲਓ, ਚਾਹੇ ਤਾਂ ਰੱਟਾ ਮਾਰਨ ਦੀ ਲੋੜ ਹੀ ਨਹੀਂ। ਜਦੋਂ ਆਪਾਂ ਬਿਲਕੁਲ ਬੇਸਿਕ ਕਲੀਅਰ ਕਰਤਾ ਵੀ ਮੈਂ ਗੱਲ ਕੀਤੀ 100 ਸਾਲ, 100 ਦੇ ਵਿੱਚ ਮੇਰੇ ਕੋਲ ਕਿੰਨੇ ਆਏ? 5 ਓ ਡੇ ਆਏ, ਓ ਡੇ, ਠੀਕ ਹੈ ਜੀ। 200 ਸਾਲ ਦੇ ਵਿੱਚ ਮੇਰੇ ਕੋਲ ਕਿੰਨੇ ਆਏ? 200 ਸਾਲ 'ਚ 3 ਆਏ। ਉਸ ਤੋਂ ਬਾਅਦ 300 ਸਾਲ ਦੇ ਵਿੱਚ ਓ ਡੇ ਕਿੰਨੇ ਆਏ? ਮੇਰੇ ਕੋਲ 1 ਆਇਆ। ਤੇ 400 ਸਾਲ ਦੇ ਵਿੱਚ ਮੇਰੇ ਕੋਲ ਓ ਡੇ ਕਿੰਨੇ ਆ ਗਏ? 0 ਆ ਗਏ। ਜੇਕਰ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈਗਾ ਤਾਂ ਦੱਸ ਸਕਦਾ, ਠੀਕ ਹੈ ਜੀ। ਕੋਈ ਦਿੱਕਤ ਹੈ ਤਾਂ ਵੀ ਦੱਸ ਸਕਦਾ। ਉਸ ਤੋਂ ਬਾਅਦ ਜੇਕਰ ਜਨਵਰੀ ਦੀ ਗੱਲ ਕਰੀਏ ਆਪਾਂ, ਅੱਗੇ ਚੱਲਦੇ ਹਾਂ। ਬਸ ਅੱਜ ਦੀ ਕਲਾਸ ਤੋਂ ਬਾਅਦ ਕੀ ਹੈ, ਆਪਾਂ ਰੈਗੂਲਰ ਪ੍ਰੈਕਟਿਸ ਕਰਨੀ ਕੁਐਸਚਨਾਂ ਦੀ, ਠੀਕ ਹੈ ਜੀ। ਕੁਐਸਚਨ ਆਨਸਰ ਦੀ ਜਿੰਨੀ ਕਹੋਗੇ, ਜਿਸੇ ਤਰੀਕੇ ਕਹੋਗੇ, ਸਾਰੀ ਕੀ ਕਰਾਂਗੇ ਆਪਾਂ, ਪ੍ਰੈਕਟਿਸ ਹੀ ਕਰਾਂਗੇ। ਜੇਕਰ ਜਨਵਰੀ ਦੀ ਗੱਲ ਕਰੀਏ ਤੇ ਜਨਵਰੀ ਦੇ ਵਿੱਚ ਆਪਾਂ ਕਿੰਨੇ ਹੁੰਦੇ ਆ? 31 ਦਿਨ ਹੁੰਦੇ ਆ, ਡੇਜ਼।
ਵੈਸੇ ਉਸ ਦਿਨ ਮੈਂ ਕੈਲੰਡਰ ਲੈ ਕੇ ਵੀ ਆਇਆ ਸੀਗਾ, ਠੀਕ ਹੈ ਜੀ। ਤੇ ਆਪਣੇ ਕੋਲ ਰਿਮਾਈਂਡਰ ਕਿੰਨਾ ਵੱਜਦਾ ਸੀਗਾ, ਸ਼ੇਸ਼ਫਲ ਜਿਹੜਾ ਆਪਣੇ ਕੋਲ ਵੱਜਦਾ ਸੀਗਾ ਉਹ ਕਿੰਨਾ ਵੱਜਦਾ ਸੀਗਾ, 3 ਵੱਜਦਾ ਸੀਗਾ। ਉਸ ਤੋਂ ਬਾਅਦ ਆ ਗਈ ਫਰਵਰੀ, ਫਰਵਰੀ ਦੇ ਵਿੱਚ ਆਪਣੇ ਕੋਲ ਦਿਨ ਜਾਂ ਤਾਂ 28 ਹੁੰਦੇ ਸੀਗੇ ਤੇ ਜਾਂ ਆਪਣੇ ਕੋਲ ਕਿੰਨੇ ਹੁੰਦੇ ਸੀਗੇ, 29 ਹੁੰਦੇ ਸੀਗੇ। ਜਦੋਂ ਆਪਣੇ ਕੋਲ 28 ਦਿਨ ਹੁੰਦੇ ਸੀਗੇ ਉਦੋਂ ਆਪਣਾ ਰਿਮਾਈਂਡਰ ਕਿੰਨਾ ਵੱਜਦਾ ਸੀਗਾ, 0, ਤੇ ਜਦੋਂ 29 ਹੁੰਦੇ ਸੀਗੇ ਉਦੋਂ ਕਿੰਨਾ ਵੱਜਦਾ ਸੀਗਾ, 1 ਵੱਜਦਾ ਸੀਗਾ। ਇਸ ਤੋਂ ਬਾਅਦ ਜੇਕਰ ਮਾਰਚ ਦੀ ਗੱਲ ਕਰੀਏ, ਠੀਕ ਹੈ ਜੀ, ਮਾਰਚ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਵੀ ਆਪਣੇ ਕੋਲ ਓ ਡੇ ਕਿੰਨੇ ਸੀਗੇ, ਆਪਣੇ ਕੋਲ ਮਾਰਚ ਦਾ ਮਹੀਨਾ ਹੁੰਦਾ 31 ਦਾ, ਤੇ ਜਦੋਂ 31 ਆਪਣੇ ਕੋਲ ਹੋਏ ਉਦੋਂ ਆਪਣੇ ਕੋਲ ਕਿੰਨੇ ਹੋਣਗੇ ਓ ਡੇ, 3। ਮਾਰਚ ਤੋਂ ਬਾਅਦ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਤੇ ਦਸੰਬਰ, ਇਹ ਆਪਣੇ ਕੀ ਆ 12 ਮਹੀਨੇ ਪੂਰੇ ਹੋ ਗਏ। ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਿਆ ਸੀਗਾ, ਵੈਸੇ ਤਾਂ ਓਡੇ ਹੀ ਪਤਾ ਕਰ ਲਓ ਵੀ ਜਨਵਰੀ ਦੇ ਵਿੱਚ ਕਿੰਨੇ 31 ਦਿਨ ਯਾਦ ਕਰ ਲਓ, ਜਨਵਰੀ 31 ਦੀ ਹੁੰਦੀ ਹੈ। ਉਸ ਤੋਂ ਬਾਅਦ ਜੇ ਫਰਵਰੀ ਦੀ ਗੱਲ ਕਰੀਏ ਤਾਂ ਫਰਵਰੀ ਆਪਣੀ ਕੀ ਹੈ, ਜਾਂ ਤਾਂ 28 ਦੀ ਹੋਊਗੀ ਤੇ ਜਾਂ 29 ਦੀ ਹੋਊਗੀ। 28 ਦੀ ਕਦੋਂ ਹੋਊਗੀ, ਜਦੋਂ ਨੋਰਮਲ ਈਅਰ ਹੋਏਗਾ, ਤੇ 29 ਦੀ ਕਦੋਂ ਹੋਏਗੀ, ਜਦੋਂ ਆਪਣੇ ਕੋਲ ਸੈਂਚਰੀ ਹੋਏਗੀ, ਲੀਪ ਈਅਰ ਹੋਏਗਾ, ਠੀਕ ਹੈ ਜੀ। ਇਸ ਤੋਂ ਬਾਅਦ ਜੇਕਰ ਆਪਾਂ ਅਪ੍ਰੈਲ ਦੀ ਗੱਲ ਕਰੀਏ ਤਾਂ ਅਪ੍ਰੈਲ ਆਪਣੇ ਕੋਲ ਕਿੰਨੇ ਦਾ ਹੁੰਦਾ ਹੈ, ਅਪ੍ਰੈਲ ਹੁੰਦਾ ਹੈ 30 ਦਾ, ਤੇ ਆਪਣੇ ਕੋਲ ਕਿੰਨੇ ਬਚਣਗੇ ਓਡੇ, ਆਪਣੇ ਕੋਲ ਬਚਣਗੇ 2 ਓਡੇ। ਇਸ ਤੋਂ ਬਾਅਦ ਮਾਰਚ ਦੀ ਗੱਲ ਕਰੀਏ, ਅਪ੍ਰੈਲ ਤੋਂ ਬਾਅਦ ਮਈ ਦੀ ਗੱਲ ਕਰੀਏ ਤੇ ਆਪਣੇ ਕੋਲ ਕਿੰਨੀ ਹੁੰਦੀ ਹੈ, 31 ਦੀ ਹੁੰਦੀ ਹੈ, ਤੇ 31 ਦੇ ਵਿੱਚ ਜਦੋਂ ਆ ਜਾਏ ਤਾਂ ਆਪਣੇ ਕੋਲ ਕਿੰਨੇ ਵੱਜਦੇ ਆ, 3 ਵੱਜਦੇ ਆ। ਜਿਹਨਾਂ ਨੂੰ ਦਿੱਕਤ ਆ ਰਹੀ ਹੈ ਆਪਾਂ ਕੀ ਦੁਬਾਰਾ ਚਾਰਟ ਵੀ ਲੈ ਲਵਾਂਗੇ, ਕਿਉਂਕਿ ਟੋਟਲ ਦਿਨ ਮੈਂ ਜਨਵਰੀ ਦੇ ਲਿਖਾਏ ਸੀਗੇ ਵੀ ਕਿਸ ਤਰੀਕੇ ਕਰਨਾ, ਜਦੋਂ 31 ਆ ਗਿਆ, ਠੀਕ ਹੈ ਜੀ, ਟੋਟਲ ਡੇ ਹੋ ਗਏ ਤੇ 7 ਤੇ ਭਾਗ ਕਰਨ ਤੋਂ ਬਾਅਦ ਰਿਮਾਈਂਡਰ ਕਿੰਨਾ ਵੱਜਦਾ ਹੁੰਦਾ ਹੈ, 3 ਤੇ, ਕਿਉਂਕਿ 7 ਚੌਕਾ ਕਿੰਨਾ ਹੁੰਦਾ ਹੈ, 28 ਹੁੰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆਪਾਂ ਜੁਲਾਈ ਦੀ ਗੱਲ ਕਰੀਏ, ਜੁਲਾਈ ਆਪਣੇ ਕੋਲ ਕਿੰਨੇ ਦਾ ਹੁੰਦਾ ਹੈ, ਅਗਸਤ, ਮਾਰਚ, ਅਪ੍ਰੈਲ, ਮਈ, ਮਈ ਤੱਕ ਹੋ ਗਿਆ। ਉਸ ਤੋਂ ਬਾਅਦ ਜੂਨ ਦੀ ਗੱਲ ਕਰਦੇ ਹਾਂ ਆਪਾਂ, ਠੀਕ ਹੈ ਜੀ। ਜੇਕਰ ਆਪਾਂ ਜੂਨ ਦੀ ਗੱਲ ਕਰੀਏ, ਜੂਨ ਦੇ ਵਿੱਚ ਆਪਣੇ ਕੋਲ 30 ਹੁੰਦੇ ਆ, ਤੇ ਜਦੋਂ 30 ਹੋਣ ਉਦੋਂ ਕਿੰਨਾ ਹੁੰਦਾ ਹੈ, ਸ਼ੇਸ਼ਫਲ 2 ਵੱਜਦੇ ਹੁੰਦੇ ਆ। ਜੇਕਰ ਜੁਲਾਈ ਦੀ ਗੱਲ ਕਰੀਏ ਤੇ ਜੁਲਾਈ ਕਿੰਨੇ ਦਾ ਹੁੰਦਾ ਆਪਣੇ ਕੋਲ, ਜੁਲਾਈ ਹੁੰਦਾ ਆਪਣੇ ਕੋਲ 31 ਦਾ। ਜਦੋਂ 31 ਦਾ ਹੋਵੇ ਮਹੀਨਾ ਤੇ ਉਦੋਂ ਆਪਣੇ ਕੋਲ ਓਡੇ ਕਿੰਨੇ ਵੱਜਣਗੇ, 3 ਵੱਜਣਗੇ। ਜੇਕਰ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਵੀ ਦੱਸ ਸਕਦਾ ਹੈ। ਅੱਗੇ ਆ ਗਿਆ ਜੁਲਾਈ ਤੋਂ ਬਾਅਦ ਆ ਗਿਆ ਅਗਸਤ, ਅਗਸਤ ਦੀ ਗੱਲ ਕਰੀਏ ਤਾਂ ਅਗਸਤ ਕਿੰਨਿਆਂ ਦਾ ਹੁੰਦਾ ਆਪਣੇ ਕੋਲ, 31 ਦਾ ਹੁੰਦਾ ਹੈ, ਤੇ ਇਹਦੇ ਵਿੱਚ ਓਡੇ ਕਿੰਨੇ ਵੱਜਣਗੇ, 3 ਵੱਜਣਗੇ। ਉਸ ਤੋਂ ਬਾਅਦ ਸਤੰਬਰ ਦੀ ਗੱਲ ਕਰੀਏ, ਸਤੰਬਰ ਆਪਣੇ ਕੋਲ 30 ਦਾ ਹੁੰਦਾ ਹੈ, ਠੀਕ ਹੈ ਜੀ, ਤੇ ਆਪਣੇ ਕੋਲ ਓਡੇ ਕਿੰਨੇ ਵੱਜਣਗੇ, 30 ਦਾ ਜਦੋਂ ਹੋਵੇ ਤਾਂ ਓਡੇ ਆਪਣੇ ਕੋਲ ਕਿੰਨੇ ਵੱਜਦੇ ਹੁੰਦੇ ਆ, ਓਡੇ ਵੱਜਦੇ ਹੁੰਦੇ ਆਪਣੇ ਕੋਲ 2, ਠੀਕ ਹੈ ਜੀ। ਉਸ ਤੋਂ ਬਾਅਦ ਅਕਤੂਬਰ ਦੀ ਗੱਲ ਕਰੀਏ, ਠੀਕ ਹੈ ਜੀ, ਜਦੋਂ ਆਪਾਂ ਅਕਤੂਬਰ ਦੀ ਗੱਲ ਕਰਦੇ ਹਾਂ, ਠੀਕ ਹੈ ਜੀ, ਜਿਸ ਤਰ੍ਹਾਂ ਮੈਂ ਗੱਲ ਕੀਤੀ ਅਗਸਤ, ਅਗਸਤ ਕਿੰਨਾ ਦਾ ਆਪਣੇ ਕੋਲ, 31 ਦਾ। ਉਸ ਤੋਂ ਬਾਅਦ ਸਤੰਬਰ ਦੀ ਗੱਲ ਕੀਤੀ, ਸਤੰਬਰ ਕਿੰਨੇ ਦਾ ਆਪਣੇ ਕੋਲ, 30 ਦਾ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਅਕਤੂਬਰ, ਸਤੰਬਰ ਤੋਂ ਬਾਅਦ ਅਕਤੂਬਰ, ਅਕਤੂਬਰ ਆਪਣੇ ਕੋਲ ਕਿੰਨੇ ਦਾ ਹੋਏਗਾ, ਅਕਤੂਬਰ ਹੋਏਗਾ 31 ਦਾ, ਤੇ ਜਦੋਂ 31 ਦਾ ਹੋਵੇ ਤੇ ਉਦੋਂ ਓਡੇ ਕਿੰਨੇ ਵੱਜਦੇ ਹੁੰਦੇ ਆ, 2। ਜੇਕਰ ਨਵੰਬਰ ਦੀ ਗੱਲ ਕਰੀਏ ਤਾਂ ਨਵੰਬਰ ਹੁੰਦਾ 30 ਦਾ, ਉਹ ਡੇ ਕਿੰਨੇ ਵੱਜਣਗੇ, 1। ਤੇ 12ਵੇਂ ਮਹੀਨੇ ਦੀ ਗੱਲ ਕਰੀਏ ਦਸੰਬਰ ਦੀ, ਤਾਂ ਦਸੰਬਰ ਕਿੰਨੇ ਹੁੰਦਾ ਹੈ, 31 ਦਾ, ਤੇ ਉਹ ਡੇ ਕਿੰਨੇ ਵੱਜਣਗੇ ਆਪਣੇ ਕੋਲ, 3। ਉਹ ਡੇ ਕਿੰਨੇ ਵੱਜਣਗੇ ਆਪਣੇ ਕੋਲ, 3, ਠੀਕ ਹੈ ਜੀ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕੋਈ ਦਿੱਕਤ ਹੈਗੀ ਆ ਤਾਂ ਦੱਸ ਸਕਦਾ ਹੈ, ਜਨਵਰੀ 31 ਦਾ, ਉਹ ਡੇ ਕਿੰਨੇ, 3, ਫਰਵਰੀ ਜੇ ਤਾਂ ਨੋਰਮਲ ਹੀ ਆ ਰਹੇ ਆਪਣੇ ਕੋਲ ਤਾਂ 0, ਤੇ ਜੇਕਰ ਆਪਣੇ ਕੋਲ ਗੱਲ ਕਰੀਏ
ਲੀਪ ਈਅਰ ਹੈ ਤੇ ਆਪਣੇ ਕੋਲ ਇੱਕ ਬਚੂਗਾ ਐਕਸਟਰਾ ਦਿਨ, ਠੀਕ ਹੈ ਜੀ। ਮਾਰਚ ਦੀ ਗੱਲ ਕਰੀਏ ਤੇ ਮਾਰਚ ਦਾ ਆਪਣੇ ਕੋਲ ਕਿੰਨੇ ਦਾ ਹੁੰਦਾ, ਇਕੱਤੀਆਂ ਦਾ ਹੁੰਦਾ ਤੇ ਉਹਦੇ ਕਿੰਨੇ 3 ਬਚ ਗਏ। ਅਪ੍ਰੈਲ ਦੀ ਗੱਲ ਕਰੀਏ 30, ਉਹਦੇ ਕਿੰਨੇ ਬਚੇ 2। ਮਾਰਚ ਦੀ ਗੱਲ ਕਰੀਏ, ਮਈ ਦੀ ਗੱਲ ਕਰੀਏ ਤਾਂ 31 ਤੇ ਉਹਦੇ ਕਿੰਨੇ ਬਚ ਗਏ 3। ਜੁਲਾਈ ਦੀ ਗੱਲ ਕਰੀਏ 30 ਦਾ ਹੁੰਦਾ ਤੇ ਉਹਦੇ ਕਿੰਨੇ ਬਚ ਗਏ 2। ਜੁਲਾਈ ਦੀ ਗੱਲ ਕਰੀਏ 31 ਤੇ ਉਹਦੇ 3। ਜੁਲਾਈ ਤੋਂ ਬਾਅਦ ਅਗਸਤ ਦੀ ਗੱਲ ਕਰੀਏ, ਸ਼ੋਰਟਕੱਟ ਚ ਲਿਖਿਆ ਤਾਂ ਥੋੜਾ ਜਿਹਾ ਦਿੱਕਤ ਆ ਗਈ, ਠੀਕ ਹੈ ਜੀ। ਚਲੋ ਜੀ, ਅੱਗੇ ਆਪਾਂ ਗੱਲ ਕਰਦੇ ਹਾਂ ਅਗਸਤ ਦੀ। ਅਗਸਤ ਦੀ ਗੱਲ ਕਰੀਏ ਤਾਂ ਹੁੰਦਾ ਆਪਣੇ ਕੋਲ 31 ਦਾ ਤੇ ਓਡੇ ਕਿੰਨੇ ਬਚ ਗਿਆ 3। ਸਤੰਬਰ ਦੀ ਗੱਲ ਕਰੀਏ ਆਪਣੇ ਕੋਲ 30 ਤੇ ਓਡੇ 2। ਅਕਤੂਬਰ ਦੀ ਗੱਲ ਕਰੀਏ 31 ਤੇ ਓਡੇ 2। 31 ਦੇ ਵਿੱਚ ਓਡੇ 3 ਹੁੰਦੇ ਆ, ਠੀਕ ਹੈ ਜੀ। 31 ਦੇ ਵਿੱਚ ਓਡੇ 3, ਗਲਤੀ ਨਾਲ ਮਿਸਟੇਕ ਹੋ ਗਈ। ਆਪਣੇ ਕੋਲ ਕਿੰਨੇ ਬਚਣਗੇ 3। ਨਵੰਬਰ 30 ਦਾ ਓਡੇ ਆਪਣੇ ਕੋਲ 30 ਦੇ ਵਿੱਚ 2 ਬਚਦੇ ਹੁੰਦੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਦਸੰਬਰ ਦੀ ਗੱਲ ਕਰੀਏ ਤਾਂ 3। ਤਾਂ ਹੀ ਮੈਂ ਦੁਬਾਰਾ ਚੈੱਕ ਕੀਤਾ ਵੀ ਕਈ ਵਾਰੀ ਕਰਵਾਉਂਦੇ ਕਰਵਾਉਂਦੇ ਕੀ ਹੁੰਦਾ, ਦਿੱਕਤ ਆਉਣ ਲੱਗ ਜਾਂਦੀ ਹੈ, ਠੀਕ ਹੈ ਜੀ। ਇੱਕ ਤਾਂ ਵੱਜਦਾ ਹੀ ਨਹੀਂ ਹੁੰਦਾ, ਠੀਕ ਹੈ ਜੀ। ਨਵੰਬਰ 30 ਦਾ ਤੇ ਆਪਣੇ ਕੋਲ ਓਡੇ ਕਿੰਨੇ 2। ਉਸ ਤੋਂ ਬਾਅਦ ਦਸੰਬਰ 31 ਦਾ ਤੇ ਓਡੇ ਕਿੰਨੇ 3। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕੋਈ ਦਿੱਕਤ ਹੈਗੀ ਆ ਤੇ ਕੱਲ ਤੋਂ ਕੀ ਆਪਾਂ ਰੈਗੂਲਰ ਕੁਐਸਚਨ ਦੀ ਸੀਰੀਜ਼ ਸਟਾਰਟ ਕਰਾਂਗੇ। ਜੇਕਰ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਪੁੱਛ ਸਕਦਾ, ਠੀਕ ਹੈ ਜੀ। ਜੇਕਰ ਮੈਂ ਹੁਣ ਤੁਹਾਨੂੰ ਹੋਮਵਰਕ ਦੇ ਵਿੱਚ ਕੁਐਸਚਨ ਦਿਆਂ, ਮੈਂ ਹੋਮਵਰਕ ਦੇਣਾ ਬਣਦਾ ਨਹੀਂ ਮੇਰਾ, ਠੀਕ ਹੈ ਜੀ। ਪਰ ਕੀ ਇਹ ਜਿਨ੍ਹਾਂ ਨੂੰ ਮੰਨ ਕੇ ਚੱਲੋ ਵੀ ਕੁਐਸਚਨ ਕੀਤੇ ਹੋਏ ਆ, ਪਹਿਲਾਂ ਕੈਲੰਡਰ ਚੈਪਟਰ ਕੀਤਾ ਹੋਇਆ, ਠੀਕ ਹੈ ਜੀ, ਉਹਨਾਂ ਨੂੰ ਪਤਾ ਤਾਂ ਲੱਗੇ ਵੀ ਆਪਣੇ ਕੋਲ ਕਿੰਨਾ ਬਚੇਗਾ, ਠੀਕ ਹੈ ਜੀ। ਜੇਕਰ ਮੈਂ ਆਪਾਂ ਗੱਲ ਕਰੀਏ ਵੀ ਆਪਣਾ ਦੇਸ਼ ਕਿੰਨੀ ਤਰੀਕ ਨੂੰ ਆਜ਼ਾਦ ਹੋਇਆ ਸੀ, 15 ਅਗਸਤ 1947 ਨੂੰ। 15 ਅਗਸਤ 1947 ਨੂੰ ਮੇਰੇ ਕੋਲ ਕਿਹੜਾ ਦਿਨ ਹੋਊਗਾ, ਇਹ ਕੀ ਹੈ ਤੁਸੀਂ ਦੱਸ ਸਕਦੇ ਜੀ। ਜਿਨ੍ਹਾਂ ਨੂੰ ਪਤਾ ਹੈ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਆ ਜੇ। ਕੱਲ ਆਪਾਂ ਫਿਰ ਜੁੜਾਂਗੇ ਨਵੇਂ ਕੁਐਸਚਨਸ ਦੇ ਨਾਲ, ਨਵੀਂ ਸੀਰੀ ਮਤਲਬ ਚੈਪਟਰ ਦੇ 3rd ਪਾਰਟ ਦੇ ਨਾਲ, ਨਵੇਂ ਕੁਐਸਚਨਾਂ ਦੇ ਨਾਲ, ਠੀਕ ਹੈ ਜੀ। ਜੇਕਰ ਕਿਸੇ ਨੂੰ ਕੋਈ ਭਾਈ ਦਿੱਕਤ ਹੈਗਾ ਤਾਂ ਦੱਸ ਸਕਦਾ, ਠੀਕ ਹੈ ਜੀ, ਕਮੈਂਟ ਬਾਕਸ ਦੇ ਵਿੱਚ, ਓਕੇ। ਚਲੋ ਜੀ, ਅੱਜ ਦੇ ਲਈ ਕਲਾਸ ਇੰਨਾ ਹੀ ਬਹੁਤ ਹੈ, ਠੀਕ ਹੈ ਜੀ। ਚਲੋ ਜੀ।